सत श्री अकाल, तुसी देख रहे हो तख्त पंजाब। मैं तुहाडे नाल सुखविंदर सिंह, मेरे नाल साबका डीएसपी ते विसल ब्लोअर बलविंदर सिंह सेखो साहब मौजूद ने। गलबात कानून दे उत्ते जिस तरीके दे नाल पर्दा पा दिता जांदा जां होर बहुत सवाल जिहड़े अजकल पंजाब दे विच वापर रहीआं घटनावां ने जिहदे नाल कानून दा वाह वास्ता बहुत नेड़ियों पैंदा, उहदे उत्ते असीं गलबात करांगे। स्वागत है तुहाडा सेखो साहब। ਧੰਨਵਾਦ ਜੀ ਸੁਖਵਿੰਦਰ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ। ਸੇਖੋ ਸਾਹਿਬ, ਪਹਿਲਾ ਸਵਾਲ ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਜ਼ਰੂਰ ਉੱਠਦਾ ਹੋਣਾ ਕਿ ਸਰਕਾਰ ਬਣੀ ਹੈ, ਸਰਕਾਰ ਨੇ 5 ਮਹੀਨਿਆਂ ਦੇ ਵਿੱਚ ਵਿਜੀਲੈਂਸ ਜਿਸ ਤਰੀਕੇ ਨਾਲ ਰਫਤਾਰ ਫੜੀ, ਵਿਜੀਲੈਂਸ ਨੇ ਕਈ ਬੰਦਿਆਂ ਨੂੰ ਅੰਦਰ ਕੀਤਾ ਗਿਆ, ਨਾਮੀ ਗ੍ਰਾਮੀ ਚਿਹਰਿਆਂ ਨੂੰ, ਭਾਰਤ ਭੂਸ਼ਣ ਆਸ਼ੂ ਵਰਗੇ ਹੋ ਗਏ, ਵਿਕਰਮ ਸਿੰਘ ਮਜੀਠੀਆ ਤਾਂ ਚਲੋ ਪਿਛਲੀ ਸਰਕਾਰ 'ਚ ਚਲੇ ਗਏ ਸੀਗੇ, ਪਰ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਕਾਰਵਾਈ ਕਰਦੀ ਹੈ, ਘੁਟਾਲਿਆਂ ਦਾ ਪਰਦਾਫਾਸ਼ ਕਰਦੀ ਹੈ, ਤਾਂ ਫਿਰ ਇਹੋ ਜਿਹੀਆਂ ਕਾਰਵਾਈਆਂ ਅੰਜਾਮ ਤੱਕ ਕਿਉਂ ਨਹੀਂ ਪਹੁੰਚ ਪਾਉਂਦੀਆਂ? ਆਖਿਰਕਾਰ ਬੰਦੇ ਜਿਹੜੇ ਨੇ ਉਹ ਜੇਲ੍ਹਾਂ 'ਚ ਹੋ ਕੇ ਆ ਜਾਂਦੇ ਨੇ, ਜ਼ਮਾਨਤਾਂ ਮੁੜ ਕੇ ਮਿਲ ਜਾਂਦੀਆਂ, ਫਿਰ ਉਹ ਕੇਸ ਲੰਬਾ ਲੰਬਾ ਸਮਾਂ ਚੱਲਦੇ ਰਹਿੰਦੇ ਨੇ, ਆਖਿਰ ਇੱਕ ਸਟੈਪ ਇਹੋ ਜਿਹਾ ਆਉਂਦਾ ਹੈ ਕਿ ਸਰਕਾਰਾਂ ਉਹਨਾਂ ਦੀਆਂ ਆ ਜਾਂਦੀਆਂ ਤੇ ਉਹ ਬੰਦੇ ਖੁੱਲ੍ਹੇਆਮ ਫਿਰਦੇ ਨੇ, ਫਿਰ ਕੋਈ ਚੱਕਰ ਹੀ ਨਹੀਂ। ਇਹ ਦੇਖੋ ਜੀ, ਇੱਕ ਬਹੁਤ ਵੱਡੀ ਇੱਕ ਸਾਜਿਸ਼ ਦੇ ਤਹਿਤ ਜਿਹੜੀਆਂ ਸਾਡੀਆਂ ਚਾਰੇ ਥੰਮ ਆਪਾਂ ਕਹਿ ਦਿੰਦੇ ਹੁੰਦੇ ਹਾਂ ਜਿਹੜੇ ਲੋਕਤੰਤਰ ਦੇ ਹੈਗੇ ਆ, ਉਹਦੇ 'ਚ ਜੁਡੀਸ਼ਰੀ ਹੈਗੀ ਹੈ, ਮੀਡੀਆ ਹੈਗਾ, ਡੈਮੋਕ੍ਰੇਸੀ ਦੀਆਂ ਪਾਵਰਸ ਹੈਗੀਆਂ, ਨਿਆਂਪਾਲਿਕਾ ਹੈਗਾ, ਆਪਣੇ ਕਾਰਜਪਾਲਿਕਾ ਹੈਗੀ ਹੈ, ਲੋਕ ਨੇ ਸਾਰੇ, ਇਹ ਸਾਰਾ ਜਿਹੜਾ ਸਿਸਟਮ ਹੈਗਾ ਨਾ, ਇਹ ਅਜੀਬ ਤਰੀਕੇ ਦੇ ਨਾਲ ਇੱਕ ਸਾਜਿਸ਼ੀ ਜਿਹੜੀ ਇਹਦੇ 'ਚ ਪਿੱਛੇ ਜਿਹੜੀ ਪੜਯੰਤਰ ਦੇ ਨਾਲ ਇਹਨੂੰ ਮਤਲਬ ਇਸ ਤਰੀਕੇ ਨਾਲ ਕਰ ਦਿੱਤਾ ਕਿ ਇਹ ਲੋਕ ਸਾਰੇ ਇੱਕ ਦੂਜੇ ਦੇ ਪੂਰਕ ਬਣ ਗਏ ਆ। ਜਿਹਨਾਂ ਲੋਕਾਂ ਦੇ ਹੱਥ ਸੀਗੀਆਂ ਇਹ ਮਤਲਬ ਡਿਊਟੀਆਂ ਕਿ ਇਸ ਸਿਸਟਮ ਨੂੰ ਠੀਕ ਚਲਾਉਣਾ, ਉਹ ਪਤਾ ਨਹੀਂ ਕਿੱਥੋਂ ਇਹਨਾਂ ਦਾ DNA ਚੇਂਜ ਹੋਇਆ ਬੜੇ ਲੰਬੇ ਸਮੇਂ ਤੋਂ, ਆਜ਼ਾਦੀ ਤੋਂ ਬਾਅਦ ਤੋਂ ਹੀ ਦੇਖ ਲਈਏ ਆਪਾਂ ਤਾਂ ਪਹਿਲਾਂ ਵਾਲੇ 10-15 ਸਾਲ ਜਾਂ 1970 ਤੱਕ ਜੇ ਕੋਈ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਇੱਥੇ ਕੋਈ ਤਰੱਕੀ ਵਗੈਰਾ ਹੋਈ ਹੈ ਜਦੋਂ ਸਟੇਟ ਅਲੱਗ ਹੋ ਕੇ ਛੋਟੀ ਬਣ ਗਈ, ਉਦੋਂ ਬਾਅਦ ਜਿਹੜੇ ਡਿਫਰੈਂਟ ਫੈਮਿਲੀਆਂ ਜਦੋਂ ਕਾਬਜ ਹੋ ਗਈਆਂ ਸਿਸਟਮ ਦੇ ਉੱਤੇ, ਉਸ ਤੋਂ ਬਾਅਦ ਕੋਈ ਚੀਜ਼ ਜਿਹੜੀ ਹੈਗੀ ਸਹੀ ਰਹੀ ਹੋਈ ਨਹੀਂ, ਸਾਰੇ ਇਹੀ ਇੱਕ ਦੂਜੇ ਦੇ ਨਾਲ ਇੱਕ ਦੂਜੇ ਲਈ ਖਾਨਾ ਪੂਰਤੀ ਕਰਦੇ ਹੋਏ ਇੱਕ ਦੂਜੇ ਨੂੰ ਪਾਲਦੇ ਦਿਖਾਈ ਦਿੰਦੇ ਆ। ਤੁਹਾਡੀ ਗੱਲ ਦਾ ਜਵਾਬ ਇਸੇ 'ਚ ਛੁਪਿਆ ਹੋਇਆ ਕਿ ਤੁਸੀਂ ਪੁੱਛਿਆ ਸੀ ਵੀ ਇਹ ਵਿਜੀਲੈਂਸ ਦੀ ਜਿਹੜੀ ਜਾਂਚ ਹੈ, ਕੋਈ ਵੀ ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਜਾਂ ਉਹਦਾ ਉਹ ਪ੍ਰੋਸੀਜਰ 'ਚੋਂ ਲੰਘਣਾ ਉਹਨੇ, ਪੁਲਿਸ ਕੋਲੇ ਆਉਣੀ ਗੱਲ ਪਹਿਲਾਂ ਜਾਂ ਵਿਜੀਲੈਂਸ ਕੋਲ ਆਉਣੀ ਹੈ, ਫਿਰ ਉਹ ਉਸ ਤੋਂ ਬਾਅਦ ਕੋਰਟ ਕੋਲ ਜਾਣੀ ਹੈ, ਜੇ ਸਜ਼ਾ ਜਾਂਦੀ ਹੈ ਤਾਂ ਫਿਰ ਅੱਗੇ ਜੇਲ੍ਹਾਂ ਆਉਂਦੀਆਂ, ਪਰ ਇਹ ਸਾਰੇ ਦਾ ਸਾਰਾ ਤੰਤਰ ਜਿਹੜਾ ਹੈ ਆਪਸ ਵਿੱਚ ਜਿਹੜਾ ਇੰਨੇ ਜ਼ਿਆਦਾ ਹੈਂਡ ਇਨ ਗਲਵਸ ਹੋ ਗਿਆ ਕਿ ਕੋਈ ਵੀ ਜਿਹੜੀ ਹੈਗੀ ਇੱਕ ਦੂਜੇ ਦਾ ਨੁਕਸਾਨ ਕਰਨ ਵਾਸਤੇ ਤਿਆਰ ਨਹੀਂ ਹੈਗਾ। ਇਹ ਗੱਲ ਹੁਣ ਤੱਕ ਤਾਂ ਥੋੜੀ ਬਹੁਤ ਪੜਦਾ ਸੀਗਾ, ਪਰ ਪਿਛਲੇ ਕਾਫੀ ਦੇਰ ਤੋਂ ਜਾਂ ਇਹਨਾਂ ਪਿਛਲੇ ਇਲੈਕਸ਼ਨਾਂ ਤੋਂ, ਵੈਸੇ ਤਾਂ 17 ਦੇ ਇਲੈਕਸ਼ਨ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਆਪ ਦੀ ਸਰਕਾਰ ਆਉਂਦੀ ਜਿਹੜੀ ਹੈਗੀ ਉਹ ਰੁਕੀ ਹੈ, ਉਦੋਂ ਕੋਈ ਸ਼ਾਤਰਾਨਾ ਸਾਜਿਸ਼ਾਂ ਖੇਡੀਆਂ ਗਈਆਂ, ਇਹਨਾਂ ਦੀ ਸਰਕਾਰ ਨੂੰ ਆਉਣ ਨਹੀਂ ਦਿੱਤਾ ਗਿਆ। ਅੱਜ ਜਦੋਂ ਕਿ 22 ਵਿੱਚ ਦੁਬਾਰਾ ਇਹ ਬਹੁਤ ਵੱਡੀ ਮੈਜੋਰਟੀ ਨਾਲ ਆਏ ਹੈ, ਤਾਂ ਉਸ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਬੜੀਆਂ ਹੈਗੀਆਂ, ਗੱਲਾਂ ਹੋਈ ਜਿਹੜੀ ਤੁਸੀਂ ਦੱਸ ਕੇ ਹਟੇ ਹੋ। ਪਹਿਲੀ ਗੱਲ ਤਾਂ ਵਿਜੀਲੈਂਸ ਦੀ ਜਿਹੜੀ ਇੱਕ ਭਾਰਤ ਭੂਸ਼ਣ ਆਸ਼ੂ ਵਾਲੀ ਗੱਲ ਕਰ ਲਈਏ, ਉਦੋਂ ਪਹਿਲਾਂ ਇਹਨਾਂ ਨੇ ਇੱਕ ਆਪਣੇ ਮੰਤਰੀ ਨੂੰ ਅੰਦਰ ਕੀਤਾ, ਧਰਮਸੋਤ ਵਾਲਾ ਜਿਹੜਾ ਕੰਮ ਹੈ, ਉਸ ਤੋਂ ਇਲਾਵਾ ਹੋਰ ਕੋਈ ਕਰਪਸ਼ਨ ਦੀ ਤਾਂ ਕੋਈ ਲਹਿਰ ਇਹੋ ਜਿਹੀ ਕੋਈ ਚੱਲੀ ਨਹੀਂ ਹੈ। ਕਰਪਸ਼ਨ ਜੇ ਕਹੀਏ ਵੀ ਕੋਈ ਕਮੀ ਹੋਵੇ ਉਹ ਬਿਲਕੁਲ ਗਲਤ ਗੱਲ ਹੈ, ਹਰ ਚੀਜ਼ ਜਿਹੜੀ ਹੈਗੀ ਹੈ ਮਹਿੰਗੀ ਹੋਈ ਹੋਈ ਹੈ। ਬਿਜਲੀ ਦਾ ਜਿਹੜਾ ਇਹਨਾਂ ਨੇ ਡਰਾਮਾ ਕੀਤਾ ਸੀ ਉਹ ਅੱਗੇ ਨਾ ਸਗੋਂ ਟਾਈਟ ਕਰ ਦਿੱਤਾ, ਲੋਕ ਇਹ ਤੋਂ ਵੱਧ ਪਹਿਲਾਂ ਫੈਸਿਲਿਟੀ ਸੀ ਲੈ ਰਹੇ ਸੀਗੇ, ਹੋਰ ਜਿਹੜੇ ਕੋਈ ਇਹਨਾਂ ਨੇ ਗਰੰਟੀਆਂ ਲਈਆਂ ਸੀ ਉਹ ਕਿਤੇ ਨਹੀਂ ਖੜੀਆਂ, ਉਹ ਵੈਸੇ ਵੀ ਗਲਤ ਹੈ। ਵੈਸੇ ਮੈਂ ਤਾਂ ਇਹਨਾਂ ਚੀਜ਼ਾਂ ਦੇ ਵੈਸੇ ਹੀ ਖਿਲਾਫ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਲੋਕਾਂ ਨੂੰ ਇਹੋ ਜਿਹੀਆਂ ਜਿਹੜੀਆਂ ਮੁਫਤ ਦੀਆਂ ਜਿਹੜੀਆਂ ਯੋਜਨਾਵਾਂ ਵਿਖਾ ਕੇ ਜਿਹੜੀ ਠੱਗੀ ਮਾਰਨੀ, ਜਿਹੜੀ ਉਹ ਵੈਸੇ ਹੀ ਗੁਨਾਹ ਹੈ, ਇਹਦੇ ਵੀ ਬਾਰੇ ਵੀ ਸਜ਼ਾ ਹੋਣੀ ਚਾਹੀਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਾਨੂੰਨ ਬਣਨੇ ਚਾਹੀਦੇ ਹੈ। ਸੋ ਇਹਨਾਂ ਨੇ ਮਤਲਬ ਜੇ ਆਪਾਂ ਵੇਖੀਏ ਤਾਂ ਇੱਕ ਆਸ਼ੂ ਤੋਂ ਸਟਾਰਟ ਕੀਤਾ ਤੇ ਇਹ ਆਸ਼ੂ ਤੋਂ ਅੱਗੇ ਅਗਲੀਆਂ ਕੜੀਆਂ ਜੁੜ ਗਈਆਂ, ਸੰਦੀਪ ਸੰਧੂ ਦੀ ਕੜੀ ਜੁੜ ਗਈ ਹੈ, ਹੋਰ ਗਾਂ ਕੜੀਆਂ ਜੁੜਦੀਆਂ ਜਾਣਗੀਆਂ, ਕਿਉਂਕਿ ਇਹ ਪਿਆਜ਼ ਦੇ ਛਿਲਕਿਆਂ ਵਾਂਗੂ ਇੱਕ ਪਰਤ ਤੋਂ ਪਰਤ ਥੱਲੇ ਉਤਰਦੀ ਜਾਊਗੀ, ਤਾਂ ਥੱਲੇ ਸਿਉਂਕ ਵਾਂਗੂ ਇਹ ਇਕੱਠੇ ਖਾ ਰਹੇ ਹੈ, ਜਿਵੇਂ ਦਰਖਤ ਨੂੰ ਜਦੋਂ ਆਪਾਂ ਪੱਟਦੇ ਆ ਤਾਂ ਥੱਲੇ ਸਿਉਂਕ ਲੱਗੀ ਹੁੰਦੀ ਹੈ, ਇਹ ਸਿਉਂਕ ਜਿਹੜੀ ਹੈਗੀ ਹੈ ਅਕਾਲੀ ਤੇ ਕਾਂਗਰਸੀਆਂ ਦੀ ਇਕੱਠੀ ਲੱਗੀ ਹੋਈ ਹੈ, ਇਹਨਾਂ ਨੇ ਸਟੇਟ ਨੂੰ ਰਲ ਕੇ ਖਾਧਾ। ਮੇਰਾ ਤਾਂ ਮੰਨਣਾ ਹੈ ਕਿ ਅਕਾਲੀਆਂ ਨੇ ਵੱਧ ਨੁਕਸਾਨ ਕੀਤਾ, ਇਹ ਕਾਂਗਰਸ ਨੇ ਥੋੜ੍ਹਾ ਜਿਹਾ ਉਸ ਤੋਂ ਘੱਟ ਕੀਤਾ, ਰੇਸ਼ੋ ਕਰਨੀ ਹੋਵੇ ਤਾਂ 60-65-35-40 ਦੀ ਕਰ ਲਓ। ਇਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਬਰਬਾਦੀ ਕੀਤੀ ਹੈ, ਇਸ ਸਿਉਂਕ ਨੂੰ ਜਿਹੜੀ ਮਾਰਨ ਦਾ ਜਿਹੜਾ ਜਿੰਮਾ ਸੀ ਹੁਣ ਆਪਾਂ ਆਮ ਆਦਮੀ ਪਾਰਟੀ ਨੂੰ ਦਿੱਤਾ, ਕਿਉਂਕਿ ਸਾਡੇ ਕੋਲ ਆਪਸ਼ਨ ਕੋਈ ਹੋਰ ਹੈ ਨਹੀਂ ਸੀ, ਕਿਸਾਨ ਅੰਦੋਲਨ ਦੇ ਵਿੱਚੋਂ ਸਾਨੂੰ ਕੁਛ ਲੱਭਿਆ ਨਹੀਂ, ਉਹ ਲੀਡਰਸ਼ਿਪ ਜਿਹੜੀ ਸੀਗੀ ਉਹਦੇ ਕਰਕੇ ਉਹ ਅੰਦੋਲਨ ਵੀ, ਚਲੋ ਵਿਸ਼ੇ ਤੋਂ ਬਾਹਰ ਦੀ ਗੱਲ ਹੈ, ਬਾਅਦ ਵਿੱਚ ਕਰਾਂਗੇ ਇਸ ਬਾਰੇ, ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈਗੀ ਸੀ ਕਾਂਗਰਸ ਪਾਰਟੀ ਇਹਨੂੰ ਆਪਣੇ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣ ਤੋਂ ਇਲਾਵਾ। ਅਸੀਂ ਲੋਕ ਵੀ ਮਤਲਬ ਇਹ ਚਾਹੁੰਦੇ ਸੀ ਵੀ ਰਵਾਇਤੀ ਪਾਰਟੀਆਂ ਤਾਂ ਹਾਰਨ, ਕੁਛ ਨਾ ਕੁਛ ਤਾਂ ਚੰਗਾ ਕਰਨਗੇ ਇਹ, ਤੋ ਕੁਛ ਨਾ ਕੁਛ ਚੰਗੀ ਵਾਲੀ ਗੱਲ ਆ ਹੁਣ ਆਈ ਹੈ ਸਾਹਮਣੇ, ਜਦੋਂ ਇੱਕ ਇਹਨਾਂ ਨੇ ਇੱਕ ਡਰਾਈਵ ਸ਼ੁਰੂ ਕੀਤੀ ਹੈ ਜਿਹਦਾ ਕਿ ਬਹੁਤ ਲੰਬਾ ਪ੍ਰੋਸੀਜਰ ਹੈ। ਤੁਸੀਂ ਮਜੀਠੀ ਦੀ ਗੱਲ ਆਪ ਹੀ ਕਰ ਗਏ ਸੀਗੇ ਕਿ ਉਹਨਾਂ ਨੇ ਮਤਲਬ ਇਹਨਾਂ ਨੇ ਅਰੈਸਟ ਨਹੀਂ ਕੀਤਾ, ਪਰ ਇਹਨਾਂ ਨੇ ਛੁਡਵਾਇਆ ਤਾਂ ਹੈ ਨਾ ਉਹਨੂੰ,
ਜੇ ਉਹਦੀ ਪੈਰਵਾਈ ਸਹੀ ਤਰੀਕੇ ਨਾਲ ਕੀਤੀ ਜਾਂਦੀ ਏਜੀ ਆਫਿਸ ਵੱਲੋਂ ਤੇ ਉਹਦੀ ਜ਼ਮਾਨਤ ਹੋਣ ਦਾ ਮਤਲਬ ਹੀ ਨਹੀਂ ਸੀ। ਏਡੀ ਵੱਡੀ ਐਵੀਡੈਂਸ ਉਹਦੇ ਸਾਹਮਣੇ ਪਈ ਹੈ, ਹਾਈ ਕੋਰਟਾਂ ਜਿਹੜੀਆਂ ਹੈਗੀਆਂ ਚੱਲਦੀਆਂ ਤਾਂ ਡਾਇਰੈਕਸ਼ਨ ਨਾਲ ਹੀ ਹੈ ਸਰਕਾਰਾਂ ਦੀਆਂ ਦੇ, ਤੇ ਜੇ ਇਹ ਚਾਹੁੰਦੇ ਤਾਂ ਲਿਫਾਫੇ ਕਿਉਂ ਨਹੀਂ ਖੁੱਲ ਸਕਦੇ ਸੀਗੇ 3 ਸਾਲ ਤੋਂ ਜਿਹੜੀ ਹਾਈ ਕੋਰਟ ਨੇ ਉਹ ਫੁੱਟਬਾਲ ਵਾਂਗੂ ਇੱਕ ਇੱਕ ਮਾਰ ਕੇ ਕਦੇ ਕਿਤੇ ਸੁੱਟਣ ਦੇ ਕਦੇ ਕਿਤੇ ਸੁੱਟਣ ਦੇ, ਖੋਲਣ ਦੀ ਹੁਣ ਕੋਈ ਹਿੰਮਤ ਨਹੀਂ ਕਰਦਾ। ਤੋ ਇਸ ਕਰਕੇ ਇਹ ਜਿਹੜੀਆਂ ਜੇ ਪੋਲੀਟੀਕਲ ਵਿਲ ਸਟਰੋਂਗ ਹੋਵੇ, ਜੇ ਇਹ ਪੋਲੀਟੀਸ਼ੀਅਨ ਚਾਹੁੰਦੇ ਹੋਣ, ਜੇ ਭਗਵੰਤ ਮਾਨ ਦੇ ਅੱਜ ਕੁਛ 92 ਜਿਹੜੇ ਹੈਗੇ MLA ਹੈ, ਐਡੀ ਵੱਡੀ ਸਟਰੈਂਥ ਹੈ ਤੇ ਉਹਨੂੰ ਜੇ ਫੈਸਲੇ ਲੈਣ ਦੀ ਸਮਰੱਥਾ ਹੋਵੇ ਤਾਂ ਸਟੇਟ ਨੂੰ ਸਿੱਧੇ ਪਾਸੇ ਵਾਲੇ ਤੋਰਨ ਤੋਂ ਤਾਂ ਰੋਕਿਆ ਨਹੀਂ ਜਾ ਸਕਦਾ। ਪਰ ਕਿਉਂਕਿ ਫਿਰ ਹਮੇਸ਼ਾ ਦੀ ਤਰ੍ਹਾਂ ਦਿੱਲੀ ਕਬਜ਼ਾ ਹੀ ਹੈ ਸਾਡੇ, ਪਹਿਲਾਂ ਅਕਾਲੀਆਂ ਵੇਲੇ ਵੀ, ਫਿਰ ਕਾਂਗਰਸੀਆਂ ਵੇਲੇ ਵੀ, ਤੇ ਹੁਣ ਇੱਧਰ ਵੀ। ਤੋ ਦਿੱਲੀ ਦਰਬਾਰ ਜਿਹੜਾ ਹੈਗਾ ਉਹਨੂੰ ਸੂਟ ਨਹੀਂ ਕਰਦੀ ਪੰਜਾਬ ਦੀ ਜਿਹੜੀ ਖੁਸ਼ਹਾਲੀ ਹੈ। ਹਾਂਜੀ ਤੁਸੀਂ ਕੁਛ ਪੁੱਛਣ ਲੱਗੇ? ਬਿਲਕੁਲ, ਮੈਂ ਇੱਥੇ ਸਵਾਲ ਇਹ ਕਰਨ ਲੱਗਿਆ ਸੀਗਾ ਕਿ ਸਰਕਾਰਾਂ ਤਾਂ ਜਦੋਂ ਬਦਲਦੀਆਂ ਰਹਿੰਦੀਆਂ ਨੇ, ਜਿਹੜੀ ਪੱਕੀ ਸਰਕਾਰ ਹੁੰਦੀ ਹੈ, ਅਫਸਰਸ਼ਾਹੀ ਹੁੰਦੀ ਹੈ, ਉਸ ਤਰੀਕੇ ਨਾਲ ਕਿਉਂ ਨਹੀਂ ਕੰਮ ਕਰ ਪਾਉਂਦੀ? ਕਾਰਨ ਕੀ ਹੈ ਇਹਦੇ ਵਿੱਚ? ਹੁਣ ਇਹ ਕਹਿੰਦੇ ਕਿ ਉਸ ਬਦਲਾਅ ਦੇ ਵਿੱਚ ਉਹ ਚੀਜ਼ ਹਾਲੇ ਵੀ ਨਜ਼ਰ ਨਹੀਂ ਆਉਂਦੀ। ਜੇ ਆਪਾਂ ਪਿਛਲੇ ਸਕੈਮ ਵੀ ਦੇਖ ਲਈਏ, ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਸਕੈਮ ਨਜ਼ਰ ਆਏ, ਉਹ ਸਾਰੇ ਜਿਹੜੇ ਉਹ ਅਦਾਲਤਾਂ ਦੇ ਵਿੱਚ ਜਾ ਕੇ ਲੱਕ ਤੋੜ ਜਾਂਦੇ ਨੇ, ਉੱਥੇ ਜਾ ਕੇ ਉਹ ਕਹਾਣੀ ਖਤਮ ਹੋ ਜਾਂਦੀ ਹੈ। ਫਿਰ ਇਹਨਾਂ ਦੀ ਗੱਲ ਹੈ ਕਿ ਇਹ ਇਕੱਲੇ ਮੰਤਰੀ ਜਾਂ ਕਿਸੇ ਸੰਤਰੀ ਉਹਨਾਂ ਦਾ ਕੰਮ ਨਹੀਂ, ਇਹ ਜਦੋਂ ਵਿੱਚ ਅਫਸਰਸ਼ਾਹੀ ਮਿਲੀ ਹੁੰਦੀ ਹੈ ਤੇ ਉਹ ਆਪਣੇ ਖਿਲਾਫ ਕਾਰਵਾਈ ਕਿਉਂ ਕਰੇਗੀ? ਉਹ IAS ਹੋਵੇ, ਉਹ PCS ਹੋਵੇ, IPS ਹੋਵੇ, PPS ਹੋਵੇ, ਉਹ ਸਾਰੇ ਹੋਣ, ਇਹ ਸਾਰੀ ਜਾਂਚ ਉੱਥੇ ਆ ਕੇ ਰੁਕ ਜਾਂਦੀ ਹੈ ਫਿਰ। ਸੁਖਵਿੰਦਰ ਜੀ, ਸਾਰੀ ਵੱਡੀ ਪ੍ਰੋਬਲਮ ਬਿਊਰੋਕਰੇਸੀ ਤੇ ਖੜੀ ਹੈ। ਤੁਸੀਂ ਜੇ ਇਹਦੀ ਜੜ ਚ ਜਾਓਗੇ, ਜਿਹੜੀ ਆਪਾਂ ਸਿਉਂਕ ਲੱਭਦੇ ਹਾਂ ਨਾ, ਉਹ ਬਿਊਰੋਕਰੇਸੀ ਦੇ ਰੂਪ ਚ ਚਿੰਬੜੀ ਹੋਈ ਹੈ। ਪਾਰਟੀਆਂ ਦਾ ਤਾਂ ਆਪਾਂ ਉੱਪਰਲੇ ਪਾਸੇ ਹੁੰਦਾ ਹੈ, ਆਪਾਂ ਇੱਕ ਹੁੰਦਾ ਨਾ ਸ਼ਹਿਦ ਦਾ ਛੱਤਾ ਲੱਗਦਾ ਤੇ ਕਰਾਣੀ ਕੀੜੀ ਹੁੰਦੀ ਹੈ। ਪੁਰਾਣੀ ਕੀੜੀ ਦਾ ਜਿਹੜਾ ਹੈਗਾ ਉਹ ਰੋਲ ਜਿਹੜਾ ਹੈ ਸਾਡੀ ਜਿਹੜੀ ਬਿਊਰੋਕਰੇਸੀ ਅਦਾ ਕਰ ਰਹੀ ਹੈ। ਮੇਨ ਜਿਹੜਾ ਹੈਗਾ ਜਿਹੜਾ ਬੈਨੀਫਿਸ਼ਰੀ ਹੈ ਸਾਰੇ ਸਿਸਟਮ ਦਾ ਬਿਊਰੋਕਰੇਟ ਹੈਗਾ, ਪੋਲੀਟੀਸ਼ੀਅਨ ਜਿਹੜਾ ਹੈਗਾ ਬਹੁਤ ਥੋੜੇ ਪਾਰਟ ਦਾ ਜਿਹੜਾ ਹੈਗਾ, ਕਿਉਂਕਿ ਇਹਨਾਂ ਨੂੰ ਜਿਹੜੀਆਂ ਘੁੰਡੀਆਂ ਜਾਂ ਇਹਦੀ ਬਰੀਕੀਆਂ ਜਾਂ ਜਿਹੜੀ ਜਿਹੜੀ ਨੌਲੇਜ ਹੈ ਜਿਹੜੀ ਕਾਨੂੰਨ ਦੀ ਜਾਂ ਜਿਸ ਤਰ੍ਹਾਂ ਦੀ, ਉਹ ਤਾਂ ਲੋਕ ਅਸੀਂ ਚੁਣੇ ਹੀ ਨਹੀਂ ਕਦੇ। ਅਸੀਂ ਤਾਂ ਜਾਂ ਪਰਿਵਾਰਾਂ ਦੇ ਵਿੱਚੋਂ ਚੁਣੇ ਹੈ ਤੇ ਜਾਂ ਜੋ ਇਹਨਾਂ ਨੇ ਕੂੜਾ ਇਕੱਠਾ ਕਰਕਟ ਕਰ ਲਿਆ ਅਗਲੇ ਪਾਸੇ ਆਪਦੇ ਪਾਸੇ, ਜਿੰਨਾ ਕੁ ਜਿਸ ਕੈਲੀਬਰ ਦੇ ਲੋਕ ਹੈਗੇ ਹੈ, ਜਿਵੇਂ ਕਿ ਹੁਣ ਚਲੋ ਇਸ ਸਰਕਾਰ ਦੀ ਵੀ ਲਾ ਲਓ, ਕੈਲੀਬਰ ਪੱਖੋਂ ਤਾਂ ਸਰਕਾਰ ਬਿਲਕੁਲ ਥੋਥੀ ਹੈਗੀ ਹੈ। ਠੀਕ ਹੈ, ਆਮ ਬੰਦੇ ਲੈ ਆਉਂਦੇ, ਕੋਈ ਦਿੱਕਤ ਨਹੀਂ ਸੀ, ਆਉਣੇ ਚਾਹੀਦੇ ਆ, ਪਰ ਆਮ ਬੰਦੇ ਦੇ ਵਿੱਚੋਂ ਕੈਲੀਬਰ ਤਾਂ ਵੇਖਣਾ ਚਾਹੀਦਾ ਨਾ। ਹੁਣ ਜੇ ਪੈਸੇ ਦੇ ਕੇ ਟਿਕਟਾਂ ਵੇਚਣੀਆਂ ਤੇ ਜੇ ਆਪਣੀਆਂ ਪਰਸਨਲ ਜਿਹੜੀਆਂ ਚੀਜ਼ਾਂ ਦੇ ਨਾਲ ਸਾਰਾ ਕੁਝ ਚੱਲਣਾ ਤੇ ਫਿਰ ਕੈਲੀਬਰ ਕਿੱਥੋਂ ਆਊਗਾ? ਕੈਲੀਬਰ ਯੰਗਸਟਰ ਵੀ ਆ ਸਕਦਾ, ਕੈਲੀਬਰ ਦੇ ਵਾਸਤੇ ਖੋਜ ਕਰਨੀ ਪੈਂਦੀ ਹੈ। ਇਹ ਨਹੀਂ ਹੁੰਦਾ ਕਿ ਟਿਕਟਾਂ ਤੁਸੀਂ ਵੇਚ ਲਈਆਂ ਤੇ ਉਦੋਂ ਬਾਅਦ ਤੁਸੀਂ ਕਹੋ ਵੀ ਇਹ ਬਹੁਤ ਵਧੀਆ ਕੰਮ ਕਰਨ, ਫਿਰ ਤੁਸੀਂ ਕੰਮ ਕਰਨ ਦੇਣਾ ਵੀ ਨਹੀਂ ਹੈਗਾ। ਹੁਣ ਹਾਲਾਤ ਇਹ ਹੈ ਕਿ ਜਿੰਨੇ MLA ਇਹਨਾਂ ਨੂੰ ਕੋਈ ਰਿਸ਼ਵਤ ਲੈਣ ਦਾ ਹੁਕਮ ਨਹੀਂ ਵਿਚਾਰਿਆਂ ਨੂੰ, ਤੇ ਪੈਸੇ ਇਹਨਾਂ ਦੇ ਖਰਚੇ ਹੋਏ ਵੇ, ਟਿਕਟਾਂ ਜਿਹੜੀਆਂ ਇਹਨਾਂ ਨੇ ਪੈਸੇ ਦੇ ਕੇ ਲਈਆਂ। ਹੁਣ ਉਹ ਇਹ ਪੁਲਿਸ ਡਿਪਾਰਟਮੈਂਟ ਸਾਡੇ ਚ ਹੁੰਦਾ ਹੁੰਦਾ ਸੀ ਇਸ ਤਰ੍ਹਾਂ ਕਿ ਅਫਸਰ ਕੋਈ ਕਰਪਟ ਜਦੋਂ ਆ ਜਾਂਦਾ ਸੀ ਨਾ, ਉਹ ਨਾ ਤਾਂ SHO ਨੂੰ ਪੈਸੇ ਲੈਣ ਦਿੰਦਾ ਸੀ, ਨਾ ਕਿਸੇ DSP ਨੂੰ ਲੈਣ ਦਿੰਦਾ ਸੀ, ਆਪ ਸਾਰੇ ਪੈਸੇ ਲੈਣੇ ਤੇ ਜਦੋਂ ਕੋਈ ਪ੍ਰੋਬਲਮ ਆਣੀ ਥੱਲੇ ਲਾਏ ਮਾਰਨੇ ਉਹਨੇ। ਉਹ ਪੋਜੀਸ਼ਨ ਹੁਣ ਬਣੀ ਖੜੀ ਹੈ, ਇਹਨਾਂ ਨੇ ਆਪਣਾ ਆਪਣਾ ਮੰਤਰੀ ਮਾਰ ਕੇ ਇੱਕ ਇਹਨਾਂ ਨੇ ਧਾਰਨ ਪੇਸ਼ ਕੀਤੀ ਪਹਿਲਾਂ ਤਾਂ। ਹੁਣ ਜੇ ਮੰਤਰੀ ਮਾਰਨਾ ਸੀ ਤਾਂ ਜਿਹੜਾ ਮੰਤਰੀ ਨੂੰ ਅਜੇ ਸਰਕਾਰ ਬਣੀ ਨੂੰ 2 ਮਹੀਨੇ ਨਹੀਂ ਹੋਏ ਤੇ ਉਹਨੇ ਕਿਹੜੀ ਕਰਪਸ਼ਨ ਕਰ ਲਈ ਪਹਿਲਾਂ? ਉਹ ਤਾਂ ਅਜੇ ਤਿਆਰੀਆਂ ਕਰਦਾ ਸੀ, ਉਹ ਤਾਂ ਅਜੇ ਜਿਵੇਂ ਕੀਰਤਨ ਕਰਨ ਵਾਲੇ ਆਪਣੇ ਸਾਜ ਸਿੱਧੇ ਕਰਦੇ, ਉਹ ਤਾਂ ਸਾਜ ਸਿੱਧੇ ਕਰਦਾ ਸੀਗਾ ਵਿਚਾਰਾ, ਉਹਨੂੰ ਤਾਂ ਫੜ ਕੇ ਤੁਸੀਂ ਅੰਦਰ ਦੇ ਤਾ। ਜਾਂ ਜਿਹੜੇ ਭਰੇ ਪਏ ਆ ਜਿਹੜੇ ਖੂਨ ਦੇ ਨਾਲ ਜੋਕਾਂ ਜਿਹੜੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੀਆਂ, ਇਹਨਾਂ ਨੂੰ ਹੁਣ ਹੱਥ ਵੀ ਪਾਇਆ ਜੇ ਇਸ ਤੋਂ ਪਹਿਲਾਂ ਇੱਕ ਸਿੰਚਾਈ ਘਟੋਲਾ ਤੁਹਾਡੇ ਵੀ ਧਿਆਨ ਚ ਵੀ ਆਇਆ ਹੋਣਾ। ਅੱਜ ਤੋਂ ਮਹੀਨਾ ਡੇਢ ਮਹੀਨਾ ਐਂ ਲੱਗਦਾ ਸੀ ਪਹਿਲਾਂ ਕਿ 2 ਮੰਤਰੀ ਅਕਾਲੀ ਦਲ ਦੇ ਜਿਹੜੇ ਅੰਦਰ ਅੱਜ ਗਏ ਤੇ ਕੱਲ ਗਏ ਉਹਦੇ ਵਿੱਚ, ਕਿਉਂਕਿ 3 ਬਿਊਰੋਕਰੇਟ ਸੀਗੇ, ਕਾਹਨ ਸਿੰਘ ਪੰਨੂ, ਸਰਵੇਸ਼ ਕੌਸ਼ਲ ਤੇ KBS ਸਿੱਧੂ। ਜਦੋਂ ਬਿਊਰੋਕਰੇਸੀ ਆ ਜਾਂਦੀ ਹੈ, ਬਿਊਰੋਕਰੇਸੀ ਵਾਸਤੇ ਜਦੋਂ ਜੇਲ੍ਹਾਂ ਖੁੱਲਣਗੀਆਂ ਨਾ, ਉਦੋਂ ਸੁਖਵਿੰਦਰ ਜੀ ਇਹ ਸਟੇਟ ਦੇ ਹਾਲਤ ਜਿਹੜੇ ਠੀਕ ਹੋਣ ਦੇ ਚਾਂਸ ਹੈਗੇ ਆ। ਬਿਊਰੋਕਰੇਟ ਹਰ ਚੀਜ਼ ਨੂੰ ਆਪਣੇ ਕਬਜ਼ੇ 'ਚ ਰੱਖਦਾ, ਪੋਲੀਟੀਸ਼ੀਅਨ ਨੂੰ ਵਰਤਦਾ ਆਪਣੀ ਮਰਜ਼ੀ ਦੇ ਮੁਤਾਬਕ, ਇਹਨਾਂ ਨੂੰ ਥੋੜ੍ਹਾ ਬਹੁਤ ਗੰਦ ਖਾਣ ਦਿੰਦਾ, ਉਵੇਂ ਪੋਲੀਟੀਸ਼ੀਅਨ ਅੱਗੇ ਕਰਦੇ ਆ, ਇਹ ਅੱਗੇ ਉਸ ਤਰ੍ਹਾਂ ਦਾ ਕੂੜਾ ਕਰਕਟ ਇਕੱਠਾ ਕਰਦੇ ਆ ਤੇ ਮੇਨ ਗੰਦ ਆਪ ਖਾਂਦੇ ਆ ਤੇ ਜਿਹੜਾ ਬਾਕੀ ਬਾਈ ਦਾ ਥੱਲੇ ਵੰਡਦੇ ਆ। ਇਹ ਚੀਜ਼ ਟੁੱਟਣੀ ਪੈਂਦੀ ਹੈ, ਚਾਹੀਦੀ ਹੈ। ਜਿੰਨਾ ਚਿਰ ਬਿਊਰੋਕਰੇਟ ਦੇ ਉੱਪਰ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਉਹਨਾਂ ਚਿਰ ਸਟੇਟ ਦੇ ਵਿੱਚ ਇਹ ਤਾਂ ਜਿਹੜੇ ਪਰਿੰਦੇ ਆਉਂਦੇ ਜਾਂਦੇ ਰਹਿਣੇ, 5-5 ਸਾਲਾਂ ਬਾਅਦ ਇਹਨਾਂ ਨੂੰ ਮੈਂਡੇਟ ਲੈਣਾ ਪੈਂਦਾ ਲੋਕਾਂ ਦਾ, ਬਿਊਰੋਕਰੇਟ ਆ ਕੇ ਬਹਿ ਗਿਆ 35 ਸਾਲ 40 ਸਾਲ ਵਾਸਤੇ, ਉਹ ਕਿਵੇਂ ਉਸ ਨੈਕਸਸ ਟੁੱਟਣਾ? ਫਿਰ ਬਿਊਰੋਕਰੇਟ ਦਾ ਇੱਕ ਸਿਸਟਮ ਹੈ ਕਿ ਤੁਹਾਡੀ ਸਟੇਟ ਨਾਲ ਬਿਲੋਂਗ ਨਹੀਂ ਕਰਦਾ, ਜਿਹੜੇ IAS ਹੈਗੇ ਸਾਰੇ ਬਾਹਰਲੀ ਸਟੇਟਾਂ ਤੋਂ ਆਉਣਗੇ, IPS ਤੁਹਾਡੇ ਬਾਹਰੀ ਸਟੇਟਾਂ ਤੋਂ ਆਉਣਗੇ, ਉਹਨਾਂ ਨੂੰ ਪੰਜਾਬ ਨਾਲ ਕੀ ਦੱਸੋ, ਉਹਨਾਂ ਦਾ ਢਿੱਡ ਦੁੱਖਦਾ ਪੰਜਾਬ ਵਾਸਤੇ, ਅਗਲੇ ਤਾਂ ਲੁੱਟਣ ਵਾਸਤੇ ਆਏ ਆ। ਤੋ ਸਾਰਾ ਸਿਸਟਮ ਗਲਤ ਹੈਗਾ, ਬਿਊਰੋਕਰੇਸੀ ਦੀ ਕਮਾ ਜਿਹੜੀ ਹੈਗੀ ਹੈ ਕੰਟਰੋਲ ਹੋਣਾ ਚਾਹੀਦਾ। ਪਬਲਿਕ ਸਾਡੇ ਨੂੰ ਚਾਹੀਦਾ ਕਿ ਜਿਹੜੀ ਸਟਰੋਂਗ ਵਿਲ ਪਾਵਰ ਵਾਲੀ ਜਿਹੜਾ ਪੋਲੀਟੀਸ਼ੀਅਨ, ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ, ਕਿਉਂਕਿ ਅਸਲ ਮਾਲਕ ਦਾ ਪੋਲੀਟੀਸ਼ੀਅਨ ਹੈ ਨਾ, ਹੁਣ ਮਾਲਕ ਨੂੰ ਆਪਣੀ ਪਾਵਰ ਨਹੀਂ ਪਤਾ, ਇਸ ਕਰਕੇ ਪ੍ਰੋਬਲਮ ਹੈ। ਜਿਸ ਦਿਨ ਕੋਈ ਸੁਲਝਿਆ ਹੋਇਆ
ਕੋਈ ਕਿਸੇ ਪਾਸੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਹੋਇਆ ਜਿਹਨੂੰ ਆਪਾਂ ਕਹੀਏ ਕਿ ਅੱਜ ਮਤਲਬ ਪੰਜਾਬ ਸਟੇਟ ਇਹਨਾਂ ਨੇ ਆਹ ਕੰਮ ਕਰਤਾ ਤਾਂ ਜਿਹੜਾ ਠੀਕ ਹੋ ਜਾਊਗੀ। ਸਾਡੇ ਸੈਂਟਰ ਤੋਂ ਆਏ ਹੋਏ ਫੰਡ ਕਲੈਪਸ ਹੋਈ ਜਾਂਦੇ ਆ, ਤਨਖਾਹਾਂ ਦੇ ਕੰਮ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ, ਤੇ ਇਹਨਾਂ ਦੇ ਐਸ਼ੋਰਾਮਾਂ ਵਾਸਤੇ ਇਹਨਾਂ ਨੇ ਸਭ ਕੁਛ ਆਪਣਾ ਰੱਖਿਆ ਹੋਇਆ। ਆ ਹੁਣ ਮੈਨੂੰ ਥੋੜ੍ਹਾ ਕੱਲ੍ਹ ਪਰਸੋਂ ਪਤਾ ਲੱਗਿਆ ਸੀ ਕਿ ਰਾਘਵ ਚੱਡੇ ਨੇ ਪੰਜਾਬ ਭਵਨ ਵਿੱਚ ਜੈੱਡ ਸਕਿਉਰਿਟੀ ਕਮਾਂਡੋ ਦੇ ਅਧੀਨ ਇੱਕ ਦਫ਼ਤਰ ਬਣਾਇਆ ਹੋਇਆ। ਤਾਂ ਦੱਸੋ ਯਾਰ, ਹੱਦ ਹੈ ਤਾਂ ਮਤਲਬ ਪਬਲਿਕ ਦਾ ਇੰਨਾ ਮਿਸਯੂਜ਼। ਰਾਘਵ ਚੱਡਾ ਕੌਣ ਹੈ? ਪਹਿਲਾਂ ਤਾਂ ਪੰਜਾਬ ਭਵਨ ਵਿੱਚ ਬਤੌਰ ਉਹ ਰਾਜ ਸਭਾ ਦਾ ਮੈਂਬਰ ਉਹਨੂੰ ਉੱਥੇ ਆਫਿਸ ਮਿਲੇ, ਫਿਰ ਜੈੱਡ ਸਕਿਉਰਿਟੀ ਕਮਾਂਡੋ ਉੱਥੇ ਮਿਲੇ, ਇਹੀ ਹਾਲ ਇਹ 80 ਬੰਦੇ 100 ਬੰਦਾ ਇਹ ਲੈ ਕੇ ਬੈਠਾ ਕੇਜਰੀਵਾਲ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜੋ ਇਹ ਕਹਿੰਦੇ ਸੀ ਨੇੜੇ ਤੇੜੇ ਨੀ ਟੱਪੇ ਪੰਜਾਬ ਦੇ ਵਿੱਚ। ਬਾਕੀ ਆਪਾਂ ਲੈ ਲਈਏ ਜੇ ਸੀਐਮ ਦੇ ਲੈਵਲ ਤੇ ਵੀ ਗੱਲ ਕਰਨੀ ਹੋਵੇ, ਉਹਨੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਅੱਜ ਤੱਕ ਵਿਖਾਈ ਨਹੀਂ ਕਿ ਜਿਹੜੀਆਂ ਚੀਜ਼ਾਂ ਆਉਂਦੀਆਂ ਪਰਸਨਲ ਕਹਿ ਕੇ ਉਹਨੇ ਕੀਤੀਆਂ, ਉਹ ਪਰਸਨਲ ਜਿਹੜੀਆਂ ਹੈਗੀਆਂ ਅਸੈਪਟੇਬਲ ਨਹੀਂ ਹੈਗੀਆਂ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਅੱਜ ਵੀ ਕਹਿੰਦਾ, ਜਿਹੜਾ ਬੰਦਾ ਪੋਲਿਟਿਕਸ 'ਚ ਆ ਕੇ ਵੋਟ ਲੈ ਗਿਆ ਉਹਦੀ ਕੋਈ ਨਿੱਜੀ ਜ਼ਿੰਦਗੀ ਨਹੀਂ, ਉਹ ਪਬਲਿਕ ਪ੍ਰੋਪਰਟੀ ਹੈ, ਉਹ ਉਹ ਪਬਲਿਕ ਦਾ ਨੁਮਾਇੰਦਾ ਹੈਗਾ। ਉਹ ਨਹੀਂ ਕਹਿ ਸਕਦਾ ਕਿ ਮਤਲਬ ਮੈਂ ਇਹ ਮੇਰਾ ਨਿੱਜੀ ਮਾਮਲਾ ਹੈ। ਕੈਪਟਨ ਨਹਿਰੂ ਸਾਲਮ ਕੱਚ 'ਚ ਮਾਰੀ ਰੱਖੀ 5 ਸਾਲ, ਉਹ ਨਿੱਜੀ ਹੈ। ਭਗਵੰਤ ਮਾਨ ਨੇ ਆਪਦੀ ਧੀ ਦੀ ਉਮਰ ਦੀ ਲੜਕੀ ਨਾਲ ਵਿਆਹ ਕਰਾ ਲਿਆ, ਇਹ ਕਾਹਦੇ ਨਿੱਜੀ ਫੈਸਲੇ ਹੈ? ਸਾਡਾ ਕਿਰਦਾਰ ਕਿੱਥੇ ਪੰਜਾਬੀਆਂ ਦਾ? ਅਸੀਂ ਕਿੱਥੇ? ਅਸੀਂ ਮਰ ਗਏ ਨੇ, ਤੁਹਾਡਾ ਬੇੜਾ ਗਰਕ ਹੋ ਗਿਆ ਕਿ ਅਸੀਂ ਮਤਲਬ ਉਹ ਆਵਾਜ਼ ਨਹੀਂ ਉਠਾਉਂਦੇ? ਕਹਿੰਦੇ ਨਿੱਜੀ ਹੈ, ਨਿੱਜੀ ਤਾਂ ਹੁੰਦਾ ਆਪਦੇ ਘਰੇ ਦੁਨੀਆਂ ਬੈਠੀ ਜੋ ਮਰਜ਼ੀ ਕਰੀ ਜਾਂਦੇ ਆ। ਵੋਟਾਂ ਤੁਸੀਂ ਸਾਡੇ ਤੋਂ ਲੈਣੀਆਂ, ਠੀਕ ਹੈ, ਮਾਲਕ ਤੁਹਾਡੇ ਅਸੀਂ ਹੈ, ਸਾਡੇ ਨੌਕਰੋਂ ਪੁੱਛ ਕੇ ਕਰੋ ਜੋ ਕਰਨਾ ਹੈ। ਸੋ ਇਸ ਤਰ੍ਹਾਂ ਦੇ ਫੈਸਲੇ ਵੀ ਜਿਹੜੇ ਆਉਣ ਵਾਲੇ ਲੋਕ ਜਦੋਂ ਜਾਗਣਗੇ ਨਾ, ਸਵਾਲ ਕਰਨਗੇ, ਫਿਰ ਮਤਲਬ ਜਿਹੜਾ ਕੁਛ ਸੁਧਾਰ ਦੇ ਚਾਂਸ ਹੈ। ਤੇ ਜਿਹੜਾ ਇਹ ਹੁਣ ਇਸ ਟਾਈਮ ਦਾ ਨਿਜ਼ਾਮ ਇਕੱਠਾ ਹੋਇਆ, ਉਮੀਦ ਤਾਂ ਇਹਨਾਂ ਤੋਂ ਕੋਈ ਨਹੀਂ ਹੈਗੀ। ਤੇ ਅਕਾਲ ਪੁਰਖ ਅੱਗੇ ਜਿਹੜੀ ਬੇਨਤੀ ਕਰ ਸਕਦੇ ਹਾਂ ਵੀ ਇਹਨਾਂ ਕੋਲ 4.5 ਸਾਲ ਦਾ ਟਾਈਮ ਪਿਆ ਜੇ, ਤੇ ਹੁਣ 4.5 ਸਾਲ ਪੰਜਾਬ ਫਿਰ ਇਹ ਜੇ ਲੋਕਾਂ ਨੂੰ ਚੱਲੂਗਾ, ਫਿਰ ਉਦੋਂ ਤੱਕ ਕੋਈ ਬੰਦੇ ਖੜੇ ਹੋਣਗੇ ਕਿ ਨਹੀਂ ਹੋਣਗੇ, ਕਿ ਫਿਰ ਦੁਬਾਰਾ ਅਕਾਲੀ ਕਾਂਗਰਸੀ ਖੜੇ ਹੋ ਜਾਣਗੇ ਜੇ ਨਵਾਂ ਅਸੀਂ ਕੋਈ ਬਦਲ ਨਾ ਦੇ ਸਕਾਂਗੇ। ਬੜਾ ਮਤਲਬ ਅਜੀਬ ਸਥਿਤੀ ਵਿੱਚ ਪੰਜਾਬ ਸਟੇਟ ਫਸੀ ਹੋਈ ਭਾਈ ਸਾਹਿਬ। ਜੀ ਦੇਖੋ ਸਰ, ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜਿਹੜੇ ਕਾਨੂੰਨੀ ਵਿਸ਼ੇ ਦੇ ਉੱਤੇ ਮਤਲਬ ਕਿ ਉਹ ਚਰਚਾ ਲਗਾਤਾਰ ਜਾਰੀ ਰੱਖੀਏ। ਜਦੋਂ ਤੁਸੀਂ ਸਿੰਚਾਈ ਘੁਟਾਲੇ ਦੀ ਤਾਂ ਗੱਲ ਕਰਤੀ, ਇੱਕ ਪਿੱਛੇ ਜੇ ਤੁਹਾਡੇ ਯਾਦ ਹੋਣਾ ਕਿ ਜ਼ਹਿਰੀਲੀ ਸ਼ਰਾਬ ਦਾ ਮਸਲਾ ਆਇਆ ਸੀ, ਸੈਂਕੜੇ ਲੋਕ ਮਾਰੇ ਗਏ ਸੀਗੇ, ਮੁੱਖ ਮੰਤਰੀ ਦੇ ਦਫ਼ਤਰ ਸਿੰਚਾਈ ਘੁਟਾਲੇ ਦੀ ਫਾਈਲ ਪਈ ਆ। ਜਿਹੜਾ ਜ਼ਹਿਰੀਲੀ ਸ਼ਰਾਬ ਦਾ ਮਸਲਾ ਹੈ, ਕੱਲ ਪਰਸੋਂ ਵੀ ਪਟਿਆਲੇ ਦੇ ਵਿੱਚੋਂ ਲਾਗੇ ਪਿੰਡਾਂ ਦੇ ਵਿੱਚੋਂ ਫੜੀ ਗਿਆ, ਲਾਹਨ ਫੜਿਆ ਗਿਆ ਤੇ ਹੋਰ ਵੀ ਕਈ ਥਾਵਾਂ ਤੋਂ ਫੜਿਆ ਗਿਆ, ਇਹ ਲਗਾਤਾਰ ਫੜਿਆ ਜਾਂਦਾ, ਇਹਦੇ ਉੱਤੇ ਕਿਉਂ ਨਹੀਂ ਕੰਮ ਕੀਤਾ ਜਾਂਦਾ? ਨਾ ਤਾਂ ਮਤਲਬ ਚਲੋ ਪੁਲਿਸ ਦੇ ਵਿੱਚ ਭ੍ਰਿਸ਼ਟ ਵੀ ਨੇ, ਕਈ ਲੋਕ ਤੁਹਾਡੇ ਵਰਗੇ ਵੀ ਨੇ ਜਿਹੜੇ ਆਵਾਜ਼ ਚੁੱਕਦੇ ਨੇ, ਪਰ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਫਿਰ ਜੇ ਗੱਲ ਸਰਕਾਰ ਦੀ ਕੱਟ ਰਿਹਾ, ਮੈਂ ਇੱਥੇ ਜਵਾਬ ਦੇਵਾਂ ਤੁਹਾਨੂੰ, ਕਿਉਂਕਿ ਬੜੀ ਅਹਿਮ ਗੱਲ ਤੁਸੀਂ ਕੀਤੀ ਹੈਗੀ ਹੈ। ਇਹ ਜਿਹੜਾ ਸ਼ਰਾਬ ਘੁਟਾਲੇ ਵਿੱਚ, ਪਹਿਲੀ ਗੱਲ ਤਾਂ ਤੁਹਾਡੇ ਮੈਂ ਨੌਲੇਜ ਵਿੱਚ ਲਿਆਵਾਂ ਕਿ 650 ਬੰਦਾ ਮਰ ਗਿਆ ਸੀ, ਬਾਕੀ ਅਨਅਫੀਸ਼ਲੀ ਹੈ ਕਿਉਂਕਿ ਕਿਸੇ ਨੂੰ ਇਹਨਾਂ ਨੇ ਬਾਅਦ ਵਿੱਚ ਗੱਲ ਨਿਕਲ ਨਹੀਂ ਦਿੱਤੀ। ਇਹਨਾਂ ਦੇ ਅੰਕੜੇ ਕਹਿੰਦੇ 150, ਉਦੋਂ 250 ਬੰਦਾ ਮਰਿਆ ਸੀ, ਬਾਅਦ ਚੋਂ ਮੌਤਾਂ ਦੀ ਗਿਣਤੀ 600 ਤੋਂ ਵੀ ਪਲੱਸ ਹੋ ਗਈ ਸੀਗੀ। ਕਿਸੇ ਨੂੰ ਕੋਈ ਬੈਨੀਫਿਟ ਨਹੀਂ ਦਿੱਤੇ ਗਏ, ਡਰਾਮੇ ਇਹਨਾਂ ਨੇ ਉਦੋਂ ਕੀਤੇ ਜਿਹੜੀਆਂ ਨੌਕਰੀਆਂ ਦੇ ਨਾਮ ਤੇ ਪ੍ਰਾਈਵੇਟ ਜਿਹੜੇ ਕੋਈ ਜਿਹੜੇ ਕੰਪਨੀਆਂ ਨਾਲ ਮਹੀਨਾ ਮਹੀਨਾ ਦੋ ਮਹੀਨੇ ਤਨਖਾਹ ਦੇ ਕੇ ਉਦੋਂ ਬਾਅਦ ਗੱਲ ਖਤਮ ਹੋਈ, ਅਫਸਰ ਸਸਪੈਂਡ ਕੀਤੇ ਹੋਏ ਬਹਾਲ ਹੋ ਗਏ। ਮੈਂ ਨਾਮ ਲੈ ਕੇ ਦੁਬਾਰਾ ਦੱਸਦਾ, ਅੱਗੇ ਵੀ ਬਹੁਤ ਵਾਰੀ ਦੱਸਿਆ ਹੋਇਆ, ਇਹਦੇ ਵਿੱਚ ਜਿਹੜੇ ਇਨਵੋਲਵ ਸੀਗੇ ਈਡੀ ਦੀ ਜਿਹੜੀ ਜਦੋਂ ਇਨਕੁਆਇਰੀ ਚੱਲੀ ਉਹਦੇ ਵਿੱਚ ਜਿਹੜਾ ਮਦਨ ਲਾਲ ਜਲਾਲਪੁਰ, ਜਿਹੜਾ ਕੰਬੋਜ ਸੀਗਾ ਉੱਥੋਂ, ਜਿਹੜਾ ਨਾਮ ਅੱਗੇ ਪਤਾ ਨੀ ਕੀ ਹੈਗਾ, ਠੀਕ ਹੈ, ਦੋ ਤਾਂ ਉਹ ਹੋ ਗਏ, ਫਿਰ ਆ ਗੁਰਕੀਰਤ ਕੋਟਲੀ, ਰਵਨੀਤ ਬਿੱਟੂ ਤੇ ਆਸ਼ੂ, ਤੇ ਉੱਧਰ ਜਿਹੜਾ ਸੁਖਪਾਲ ਭੁੱਲਰ ਹੈਗਾ, ਇੱਕ ਰਮਨਦੀਪ ਸਿੱਕੀ ਹੋ ਗਿਆ, ਇੱਕ ਪਿੰਕੀ ਜਿਹੜਾ MLA ਹੈਗਾ, ਇਹਨਾਂ ਦੇ ਨਾਮ ਜਿਹੜੇ ਆ। ਆਸ਼ੂ ਦਾ ਵੀ ਵਿੱਚ ਉਹਦੇ ਜਿਹੜਾ ਸਪਿਰਟ ਵਾਲਾ ਬੰਦਾ ਫੜ ਕੇ ਲੈ ਗਿਆ ਸੀ ਜੋਸ਼ੀ ਤੋਂ ਲੁਧਿਆਣਿਓ, ਉਹਦੇ ਕਰਕੇ ਇਹਦਾ ਵੀ ਆ ਗਿਆ ਸੀਗਾ। ਇਹ ਸਾਰੇ ਨਾਮ ED ਨੇ ਇਹਨਾਂ ਦੇ ਰਿਕਾਰਡ ਟੈਲੀਫੋਨਾਂ ਦੇ ਸਾਰੀ ਕਨਵਰਸੇਸ਼ਨ ਕਢਾ ਕੇ ਇਹਨਾਂ ਨੂੰ ਸੰਮਨ ਜਾਰੀ ਕਰਤੇ ਸੀਗੇ। ਇਹ ਦੋਸ਼ੀ ਹੈ, ਉਹਨਾਂ ਕਤਲਾਂ ਦੇ ਸਿੱਧੇ ਦੋਸ਼ੀ ਹੈ। ਫਿਰ ਇਹ ਕੈਪਟਨ ਅਮਰਿੰਦਰ ਕੋਲੇ ਗਏ, ਫਿਰ ਇਹਨਾਂ ਨੇ ਈਡੀ ਦੇ ਨਾਲ ਉੱਥੇ ਸਾਡ ਮੋਦੀ ਦਾ ਜਾਂ ਜੋ ਵੀ ਕੀਤੀ ਦਿੱਲੀ ਦੇ ਵਿੱਚ ਅਮਿਤ ਸ਼ਾਹ ਨਾਲ ਕੀਤੀ, ਉਹ ਕੀ ਨਹੀਂ ਕੀਤੀ ਰੱਬ ਜਾਣਦਾ, ਉਹ ਜਿਹੜੀ ਇਨਕੁਆਇਰੀ ਉਸ ਟਾਈਮ ਹੁੰਦਾ ਇੱਥੋਂ ਲੈ ਕੇ ਦਿੱਲੀ ਭੇਜ ਦਿੱਤੀ ਗਈ, ਤੇ ਸਾਡੀਆਂ ਪ੍ਰੈਸ ਨੇ ਕਦੇ ਗੱਲ ਵੀ ਨਹੀਂ ਕੀਤੀ। ਅਜੀਤ ਅਖਬਾਰ ਨੇ ਇੱਕ ਨਿੱਕੀ ਜਿਹੀ ਖਬਰ ਲਾਈ ਵੀ ਦਿੱਲੀ ਇਨਕੁਆਇਰੀ ਚਲੀ ਗਈ ਹੈ, ਤੇ ਬੇੜਾ ਤਾਂ ਸਾਰਾ ਗਰਕ ਹੋਇਆ। ਔਰ ਅਗਲੀ ਗੱਲ ਮੈਂ ਦੱਸਦਾ, ਹਰਪਾਲ ਸਿੰਘ ਚੀਮਾ ਉਦੋਂ ਸੀਗਾ ਅਪੋਜੀਸ਼ਨ ਲੀਡਰ, ਇਹਨੇ ਸਭ ਤੋਂ ਵੱਧ ਰੋਟੀਆਂ ਸੇਕੀਆਂ ਜਾ ਕੇ ਉੱਥੇ ਬੈਠ ਕੇ, ਬੜੀਆਂ ਚੀਕਾਂ ਮਾਰੀਆਂ ਨੇ, ਅੱਜ ਕੀ ਗੱਲ ਦਿਸਦਾ ਨਹੀਂ ਇਹਨਾਂ ਨੂੰ, ਅੰਨੇ ਹੋ ਗਏ ਹੁਣ ਇਹ। ਮਤਲਬ ਗੱਲ ਤਾਂ ਇਹ ਵੀ ਸ਼ਰਮ ਤਾਂ ਕਿਤੇ ਕੋਈ ਹੈ ਹੀ ਨਹੀਂ ਗੀ, ਜਿਹੜੀ ਗੱਲ ਪਿਛਲੀ ਟੱਪ ਗਈ ਉਸੇ ਗੱਲ ਇਹ ਫੜ ਕੇ ਬੈਠੇ ਆ। ਇਹ ਮੌਤਾਂ ਤਾਂ ਜਿਹੜੀਆਂ ਹੈਗੀਆਂ, ਮੈਂ ਆਪਣੀ ਗੱਲ ਪੂਰੀ ਕਰਨਾ, ਮੈਂ ਆਸ਼ੂ ਬਾਰੇ ਇੱਕ ਕੰਪਲੇਂਟ ਪਹਿਲਾਂ ਦਿੱਤੀ ਹੋਈ ਸੀ ਪਿਛਲੀ ਸਰਕਾਰ ਵਿੱਚ, ਇਹਦੇ ਖਿਲਾਫ 4 ਕਤਲ ਹੈ ਤੇ 1 ਬੰਬ ਧਮਾਕਾ ਹੈ, ਉਹ ਕਿਸੇ ਨੇ ਚਲੋ ਸਰਕਾਰ ਦੀ ਕਾਰਵਾਈ ਨਹੀਂ ਕੀਤੀ। ਅੱਜ ਤਾਂ ਉਹ ਫਾਈਲ DGP ਆਫਿਸ ਹੀ ਪਈ ਹੈ, ਮੈਂ ਤਾਂ ਕਿਤੇ ਕੋਰਟ 'ਚ ਜੇ ਗਿਆ ਹੀ ਨਹੀਂ। ਦੁਬਾਰਾ ਫਿਰ ਹੁਣ ਮੈਂ ਵਿਜੀਲੈਂਸ ਨੂੰ ਦਿੱਤੀ ਹੈ, ਇਹ ਦੁਬਾਰਾ ਫਿਰ ਹੁਣ ਚਲੀ ਗਈ CP ਕੋਲੇ। ਇਹ ਚੀਜ਼ਾਂ ਮਾਫ਼ ਇਹਨਾਂ ਨੂੰ? ਅਜੇ ਤਾਂ ਮੈਂ ਆਊਗਾ ਸਮਾਂ, ਮੈਂ ਜਵਾਬ ਮੰਗੂਗਾ ਵੀ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਤੁਸੀਂ ਕਰਦੇ ਨਹੀਂ,
कौन करप्ट नहीं हैगा, ये जिहड़े 20 बंदे इन्होंने एमएलए रहे 5 साल ये की करते रहे हैं, करप्शन इन्होंने सामने आती रही है, दसो कि मुद्दा उठा के इन्होंने किसी पास लिया, इन्होंने तो ट्रेनिंग ली है पिछले 5 साल भी ऐसी करप्शन किवें करनी है, हुण इन्हां दी सरकार आ गई है। तो गल तो यह भी मुद्दा उठाना कोई थोड़ा गल है, मुद्दा तो खरे उरी बथेरे उठाते हैं, वो पूरे तो आओ इनकुआरी ये कराओ, ईडी तो वापस लिया जाए। हरपाल चीफ मेहर हूँ याद नहीं है कि उदो असी जाके उ खून के हंझू रोंदे सीगे, अज साडे कोल सरकार हैगी है। आ जिहड़े मैं तुहानूं दस्सिया करप्शन की मैं गल करदे, करप्ट तो सिस्टम ही सारा हैगा, किनूं तुसीं कहोगे सारे पार्ट ला लो, तुसीं जुडिशरी तुहाडी करप्ट है, मीडिया तुहाडा करप्ट है, पोलिटिकल सिस्टम तुहाडा करप्ट है, धार्मिक सिस्टम थोड़ा करप्ट है, करप्शन तो बिना के तो है ही कुछ नहीं। तो करप्शन तो मन ली है ना, लोगों ने तो मन लिया भी ठीक है जी, करप्ट पैसा इनवेस्टमेंट कर रहे हैं जी, पॉलिटिशियन कारपोरेट मन लिया गया सुखविंदर जी, इस करके करप्शन तो मैं हम गुनाह ही नहीं मानता। मैं कहना कतलों के जिम्मेवार तो सजा दे रहे हो, छड़ दो करप्शन वाले छड़ दिया जी, तुम आप करप्ट है किसी को भी सजा दोगे, कातलों तो फड़ लीए, आ जिहड़ा राजा बन गया ये करके एक परिवार 2 साल का बच्चा 5 साल का बच्चा बाप ने गोलियां मारियां अपने घर वाले, यह जे कातल जिहड़े बाहर खुले छड़े जाने चाहिए, अजे होर पता नहीं कितनी घटनावां जिहड़ियां साडे ध्यान च नहीं हैगियां। तो सो यह जिहड़ा करप्शन दीआं गल्लां तां एवें ड्रामेबाजी वास्ते करदे आ, किसी ने कोई विजिलेंस नहीं कीते ने, कुछ नहीं होना, आ कल नूं आशू ने भी बाहर आ जाणा ठीक है, फिर वह कुछ सारा कुछ चलना। असल दे विच असल दोषियों नूं जिदां चिर जिहड़े बणदा जिहड़ा वड्डे क्राइम वाले नूं असीं नहीं हत्थ पाउंदे, जे उह पोलिटिकल विल दी मैं गल अगे करके हटिया, तुहानूं पोलिटिकल विल किसी दी है ही नहीं जी, असीं लोग इन्ना रौला पा पा के दस्सिया किसी ने, जिदां मैं दस रहा दसो मैनूं अज दी डेट, फिर कोई कारवाई करदी है सरकार? ਮੈਨੂੰ ਕੋਈ ਨਾਮ ਦੇਣ ਦਾ ਫਿਰ ਕਹਿੰਦਾ ਮਗਦੇ ਕੁਝ ਨਹੀਂ, ਆ ਕੁਝ ਤਾਂ ਕਾਤਲਾਂ ਨੂੰ ਤਾਂ ਫੜ ਲਓ। ਹਾਂ ਸੇਖੋ ਸਾਹਿਬ, ਇੱਕ ਕਾਨੂੰਨ ਦੇ ਨਾਲ ਜੁੜਦਾ ਮਸਲਾ ਇੱਕ ਹੋਰ ਜਿਹੜਾ ਪੰਜਾਬ 'ਚ ਚੱਲ ਰਿਹਾ ਕਿ ਲੋਕ ਸੁਰੱਖਿਅਤ ਨਹੀਂ ਮਹਿਸੂਸ ਕਰਦੇ, ਜਾਂ ਫਿਰ ਕਹਿ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਜੇ ਖਤਰਾ ਕਿਤੇ ਨਾ ਕਿਤੇ ਪੈਦਾ ਹੋ ਜਾਂਦਾ, ਆ ਚਰਚ ਵਾਲੀ ਘਟਨਾ ਵਾਪਰੀ ਹੈ, ਉਦੋਂ ਬਾਅਦ ADGP ਸਾਹਿਬ ਜਾਂ ਹੋਰ ਜਿੰਨੇ ਅਧਿਕਾਰੀ ਨੇ ਜਾ ਕੇ ਉੱਥੇ ਚਰਚਾਂ ਦੇ ਵਿੱਚ ਜਾਂ ਮਸੀਤਾਂ ਦੇ ਵਿੱਚ ਜਾ ਕੇ ਦੇਖਦੇ ਨੇ ਕਿ ਕਿੱਥੇ ਸੁਰੱਖਿਆ ਦੀ ਲੋੜ ਹੈ ਕਿੱਥੇ ਨਹੀਂ ਹੈਗੀ, ਇਹ ਸਾਰਾ ਕੁਝ ਹੁੰਦਾ। मेरे ध्यान विच आउंदा कि पंजाब दे विच कई एजेंसियां काम करदियां सुरक्षा पद्धर दे उत्ते, पुलिस दे अंदर भी बहुत करदियां, वड्डी गिनती च DGP लगे हुए ने, IG लगे हुए ने, IGP लगे हुए ने, सारे लगे हुए ने, इस सब दे बावजूद भी घटनावां दा वापरना, तां फिर इहदे दोषी किहनूं ठहराया जावे? जे पुलिस नहीं दोषी, सरकार नहीं दोषी, गृह मंत्री नहीं दोषी ठहराया जांदा, तां फिर दोषी कौन है? कौन इहदी संभाल करेगा? ढिल मिट कितें रहि जांदी है? सुखविंदर जी, इह सारे दोषी है, एक कलैक्टिव जिहड़ा हैगा साजिश के तहत सब कुछ हो रहा है, तुहानू दिखाई नहीं दिंदा जिहड़ा इह हुण इह सिस्टम बणिया जिहड़ा इह, अज तक कोई मुद्दा ही नहीं सी ईसाइयां दा पंजाब विच क्यों जिहड़ा उठाया जा रहा है, क्योंकि हिंदू सिख तां इहनां तों लड़ाई नहीं गए गे ठीक है, होर कोई इत्थे जिहड़ा मुस्लिम भाईचारा साडे कोल अवेलेबल नहीं हैगा इन्ना ठीक है, एक जिहड़ा मलेरकोटला जिहड़ा शहर है घुग वसदा साडे आपस च, असीं रोटी बेटी दीआं सांझां साडीआं एक दूजे दे नाल, हुण नवां काम तजर्बा करके देखा जा रहा है। ये पंजाब विच एजेंसियां इह जी अग हमेशा लाउंदियां रहियां, और हर एक जागदा बंदा जाणदा है भी इहदे पिछे की राम कहानी है। मीडिया फिर की कर रहा है? अपना उही गंदा रोल अदा कर रहा है। एक बंदा इन्हां दे किसी सिख जिहड़े लीडर कोल जाके बैठ जांदा है, जां गुरु किसी धार्मिक बंदे कोल बैठ जांदा है, दूजा उन्हां दे किसी पास्टर कोल बैठ जांदा है, वह दोनों फिर अपनी बकवासबाजी करदे अग बालदे है, ते पंजाब दे लोग जिहड़े हैगे है तां कि आने वाले समय में इहदे विच सड़न वास्ते फिर तैयार रहन। एक नवी साजिश की जा रही है हमेशा ही धर्म के नाँ से, जो है मेरा विशा नहीं पर मैं कहना पैंता भी जो सब तो खतरनाक हथियार धर्म को जो यूज करके साड़ी स्टेट को बढ़िया जा रहा बड़े देर तो ठीक है। पहला जिहड़ा जिहड़े जिस तरह की भी मूवमेंट्स उठी हैं वो सारिया नुकसानगी का होया, पंजाबियों का होया, जे हिंदुओं के बच्चे मरे है, जे कोई सिखा ने मरे है, वह तो एक बाद की गल है, असं पंजाबी तो पहला है, असं सानू पहला इस गल तो इन्होंने इनकार करता भी तुम पंजाबी नहीं, तू हिंदू है, तू सिख है, तू दलित है, ये राजनीति जी हैगी है। आ हुण चौथा नवा ईसाई जोड़ लिया, असी कुछ नहीं, असी सिर्फ पंजाबी हैं, ईसाई भी साडा भाईचारा है, मुसलमान भी असी हैं, हिंदू भी हैं, सिख भी हैं, सारे लोग पंजाब के सांझे मालक है, ये गल नूं मनना पऊगा, इह सैकुलर स्टेट है, डेमोक्रेसी है, इत्थे उह चीज़ां ठीक है, जे थोड़ी मेजोरिटी हैगी किसी कलास की तो की दिक्कत हैगी, आपां वसदे तो एक जगह पर ना, डेमोक्रेटिक कंट्री है, इत्थे कोई धर्म का राज तो है ही नहीं गा, राज डेमोक्रेसी है, धर्म बाद दे विच है, इन्होंने धर्म अगे रख के जिहड़ा हैगा हुण तक वरत्या, ये नतीजे जिहड़े माड़े है, आ जिहड़ी नवीं अग बलन लगे है, ये सब नूं जागदे हुए लोगों को दिखाई देती है कि की बलन वाला साडे नवा, और सब लोग चुप करके तमाशा देख रहे हैं। आ जिहड़ी गल मैं कर रहा, यह गल अज एक बंदा नहीं बोलिया, तुसीं क्वेश्चन किया, चलो मेरा यह विशा नहीं, मैं आंसर दिता, होर भी नवी साजिशां तहत कुछ लोग जे इतों डिसअपीयर हो गए, कतल कर दिते गए, हटा दिते गए, उन्हां दी रिप्लेसमेंट सारियां पूरियां पूरियां हर जगह से की जा रही हैं, तुहाडे सामने सारा कुछ नाम लैके मैं ज्यादा चाहुंदा नहीं चर्चा करां। ਇਹ ਬਿਲਕੁਲ ਇਹ ਤੁਹਾਡਾ ਮੁੱਦਾ ਨਹੀਂ, ਪਰ ਮੇਰਾ ਸਵਾਲ ਸਿਰਫ ਕਾਨੂੰਨ ਵਿਵਸਥਾ ਤੇ ਸੀ ਕਿ ਪੁਲਿਸ ਕੀ ਕਰ ਰਹੀ ਹੈ। ਇੱਕ ਤੁਸੀਂ ਰਿਪੋਰਟ ਪਿੱਛੇ ਜੇ ਪੜ੍ਹੀ ਹੋਣੀ ਕਿ ਪੰਜਾਬ 'ਚ 5 ਮਹੀਨਿਆਂ ਦੇ ਵਿੱਚ
ਪੁਲਿਸ ਅਫਸਰਾਂ ਦੇ ਚਾਰ ਚਾਰ ਪੰਜ ਪੰਜ ਵਾਰ ਤਬਾਦਲੇ ਕਰ ਦੇਣਾ, ਇਹ ਵੀ ਤਾਂ ਆਪਣੇ ਆਪ ਚ ਵੱਡਾ ਸਵਾਲ ਬਣਦਾ ਹੈ ਕਿ ਕਿਉਂ ਨਹੀਂ ਉਹ ਬੈਲੈਂਸ ਬਣ ਪਾ ਰਿਹਾ ਸਰਕਾਰ ਨਾਲ। ਨਹੀਂ ਜੀ ਉਹੀ ਗੱਲ ਹੈ ਨਾ, ਫਿਰ ਪੁਲਿਸ ਉਹਦੇ ਤਬਾਦਲਿਆਂ ਨਾਲ ਕੰਸਰਨ ਥੋੜਾ, ਤਬਾਦਲੇ ਬਦਲ ਕੇ ਕੋਈ ਨਵੇਂ ਵੱਖਰੇ ਲੋਕ ਆ ਜਾਂਦੇ ਆ, ਠੀਕ ਹੈ ਇੱਕ ਦੀ ਸਿਫਾਰਿਸ਼ ਘੱਟ ਹੈ ਉਦੋਂ ਵੱਡੀ ਸਿਫਾਰਿਸ਼ ਵਾਲੇ ਨੇ ਆ ਕੇ ਤਬਾਦ ਉਹਦੀ ਜਗ੍ਹਾ ਤੇ ਲੈ ਲਈਏ। ਗੱਲ ਤਾਂ ਬੇਸਿਕ ਜਿਹੜਾ ਸਟਰਕਚਰ ਹੈ, ਪ੍ਰੋਫੈਸ਼ਨਲਿਜ਼ਮ ਹੈ, ਉਹਦੇ ਤੇ ਕੰਮ ਕਰਨ ਦੀ ਲੋੜ ਹੈ। ਤੁਹਾਡੀ ਇੰਟੈਲੀਜੈਂਸ ਦੇ ਅਫੀਸਰ ਜਿਹੜੇ ਹੈਗੇ ਆ ਜਾਂ ਤੁਹਾਡੇ ਉੱਪਰ ਸੀਨੀਅਰ ਅਫਸਰ ਜਿਹੜੇ ਹੈਗੇ ਆ, ਅਸੀਂ ਹੁਣ ਬਦਕਿਸਮਤੀ ਇਹ ਹੈਗੀ ਕਿ ਅਸੀਂ ਤਕਰੀਬਨ ਇਕੱਠੇ ਗਰੋਹ ਹੋਏ ਹਾਂ, ਜਿਹੜੇ ਅੱਜ ਦੀ ਟੌਪ ਦੇ ਅਫਸਰ ਬੈਠੇ ਪੁਲਿਸ ਦੀ, ਜੀ ਆਪਾਂ ਲਾ ਲਈਏ ਗੱਲ, ਵੈਸੇ ਤਾਂ ਮੈਂ ਸਾਰੇ ਬਿਊਰੋਕਰੇਟਸ ਨੂੰ ਵੀ ਜਾਣਦਾ ਜਿੰਨੇ ਵੀ ਬੈਠੇ ਆ, ਤੇ ਇਹਨਾਂ ਦੀ ਜਿਹੜੀ ਕੁਆਲਿਟੀ ਆਫ ਵਰਕ ਹੈ ਜਾਂ ਜਿਹਨਾਂ ਦਾ ਕੈਲੀਬਰ ਹੈਗਾ, ਇਹਨਾਂ ਦਾ ਕੋਈ ਹੈ ਵੀ ਨਹੀਂ। ਅੱਤਵਾਦ ਵਿੱਚ ਕੰਮ ਕਰਨ ਵਾਲਿਆਂ ਦੀ ਪੀੜ੍ਹੀ ਜਿਹੜੀ ਹੈ ਤਕਰੀਬਨ ਪੂਰੀ ਹੋ ਚੁੱਕੀ ਹੈ, ਜਿਹੜੇ ਮਤਲਬ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਜਾਂ ਉਸ ਤੋਂ ਪਹਿਲਾਂ ਦੇ ਰਹੇ ਸੀ, ਇਹ ਉਹ ਸੀਗੀ। ਆਹ ਹੁਣ ਵੀ ਜਿਹੜੇ ਗੌਰਵ ਯਾਦਵ ਹੋਰੀ ਬੈਠੇ ਆ, ਇਹ ਵੀ ਉਸ ਸਿਸਟਮ ਦੇ ਆਲਮੋਸਟ ਹੈਗੇ ਆ, ਜਿਹੜੇ ਵਿਟਨੈਸ ਹੈਗੇ ਆ। ਉਸ ਟਾਈਮ ਜਿਹੜਾ ਪ੍ਰੋਫੈਸ਼ਨਲਿਜ਼ਮ ਪੁਲਿਸ ਦੇ ਵਿੱਚ ਸੀਗਾ, ਉਹਦੀ ਬੜੀ ਘਾਟ ਹੋ ਗਈ ਸੀ। ਉਦੋਂ ਇੱਕ ਜੰਗ ਸੀ, ਇੱਕ ਵਾਰ ਦੇ ਵਿੱਚੋਂ ਪੈਦਾ ਹੋਈ ਇਹ ਪੁਲਿਸ ਹੈ, ਤੇ ਇਹਨਾਂ ਨੂੰ ਅਸਲ ਪ੍ਰੋਫੈਸ਼ਨਲਿਜ਼ਮ ਜਿਹੜਾ ਹੈਗਾ ਸਭ ਨੂੰ ਘਾਟ ਹੋਈ ਵੀ ਹੈ। ਪੁਲਿਸ ਨੂੰ ਚਲਾਉਣ ਵਾਸਤੇ ਕੁਝ ਹੋਰ ਪਾਲਿਸੀਜ਼ ਦੀ, ਕੁਝ ਹੋਰ ਜਿਹੜੇ ਹੈਗੇ ਇੰਟਲੈਕਚੁਅਲ ਦੀ ਵੀ, ਜਿਹੜੀ ਇੰਟਲੈਕਟ ਹੁੰਦਾ ਉਹਦੀ ਵੀ ਲੋੜ ਸੀ, ਜਿਹੜੇ ਅਫਸਰਾਂ ਵਿੱਚ ਹੁੰਦਾ ਸੀ। ਸਾਡੀ ਇੰਟੈਲੀਜੈਂਸ ਫੇਲਰ ਹੈ ਕਿਉਂਕਿ ਸਾਡੇ ਅਫੀਸਰਾਂ ਦੀ ਜਿਹੜੀ ਕੈਟਾਗਰੀ ਹੈ ਇਸ ਟਾਈਮ ਉੱਪਰ ਬੈਠੇ ਹੈ, ਉਹਨਾਂ ਦਾ ਜਿਹੜਾ ਕੈਲੀਬਰ ਹੋਣਾ ਚਾਹੀਦਾ ਉਹ ਨਹੀਂ ਹੈਗਾ। ਇਸ ਕਰਕੇ ਜਿਹੜੀਆਂ ਬਹੁਤ ਚੀਜ਼ਾਂ ਚੰਗੀਆਂ ਡਿਲੀਵਰ ਨਹੀਂ ਹੋ ਸਕਦੀਆਂ, ਜਦੋਂ ਡਾਇਰੈਕਸ਼ਨ ਦੇ ਉੱਪਰ ਅੱਛੀ ਨਹੀਂ ਹੈਗੀ, ਫਿਰ ਰਹਿੰਦਾ ਹੁੰਦਾ ਪੋਲਿਟਿਕਸ, ਪੋਲੀਟੀਕਲ ਸਿਸਟਮ ਉਹੋ ਜਿਹਾ, ਕੀ ਕਹਿੰਦੇ ਉਹ ਬਾਂਦਰਾਂ ਦੇ ਹੱਥਾਂ ਵਿੱਚ ਉਸਰੇ ਹੈ, ਉਹ ਆਪਦੇ ਵੀ ਮਾਰਦੇ ਤੇ ਦੂਜਿਆਂ ਦੇ ਵੀ ਮਾਰਦੇ ਆ, ਤਾਂ ਅਜੀਬ ਸਥਿਤੀ ਜਿਹੜੀ ਸਟੇਟ ਦੀ ਹੋਈ ਹੈ। ਉਹਦੇ ਕਰਕੇ ਪੁਲਿਸ ਦੀ ਪ੍ਰੋਬਲਮ ਇਹ ਹੈ ਕਿ ਪੁਲਿਸ ਦਾ ਵਾਹ ਪੈਂਦਾ ਹਰ ਇੱਕ ਚੀਜ਼ ਦੇ ਨਾਲ, ਯੂਨੀਫਾਰਮ ਜੋਬ ਹੈ, ਇਹਨੇ ਹਰ ਇੱਕ ਚੀਜ਼ ਨੂੰ ਡੀਲ ਕਰਨਾ, ਤਾਂ ਇਹ ਸਾਹਮਣੇ ਟਾਰਗੇਟ ਹੁੰਦੀ ਹੈ। ਅਦਰਵਾਈਜ਼ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਤਾਂ ਪੁਲਿਸ ਨੂੰ ਕੁਝ ਨਹੀਂ ਹੋਇਆ ਹੋਇਆ। ਮੈਂ ਕਹਿੰਦਾ ਹੁੰਦਾ ਕਿ ਡੀਐਸਪੀ ਲੈਵਲ ਤੱਕ ਦੀ ਪੁਲਿਸ ਜਿਹੜੀ ਹੈਗੀ ਹੈ, ਜੇ ਉੱਪਰ ਵਾਲਾ ਜਿਹੜਾ ਬੰਦਾ ਜਿਹੜਾ ਹੈਗਾ ਕਮਾਂਡ ਕਰਨ ਵਾਲਾ ਠੀਕ ਹੈ, ਤਾਂ ਕੁਛ ਵੀ ਜਿਹੜਾ ਹੈਗਾ ਥੱਲੇ ਗਲਤ ਨਹੀਂ ਹੋ ਸਕਦਾ, ਕਿਉਂਕਿ ਡਿਲੀਵਰ ਇਹਨਾਂ ਨੇ ਕਰਨਾ ਥੱਲੇ ਵਾਲਿਆਂ ਨੇ, ਉੱਪਰ ਵਾਲਿਆਂ ਨੇ ਕਮਾਂਡ ਕਰਨੀ ਹੈ। ਕਮਾਂਡਰ ਜਿਹਦੇ ਠੀਕ ਹੋਗੇ ਥੱਲੇ ਵਾਲੀ ਪੁਲਿਸ ਨੂੰ ਬਿਲਕੁਲ ਕੁਛ ਨਹੀਂ ਹੋਇਆ ਹੈਗਾ, ਬਿਲਕੁਲ ਇਹੀ ਪੁਲਿਸ ਜੇ ਕੋਈ ਇਹਨੂੰ ਠੀਕ ਡਾਇਰੈਕਸ਼ਨ, ਉਹਦੇ ਉੱਤੇ ਪੋਲੀਟੀਕਲ ਕਮਾਂਡ ਦੀ ਵੀ ਲੋੜ ਹੈ। ਹੁਣ ਜੇ ਮੰਨ ਲਓ ਇੱਕ ਚੰਗਾ ਇੰਟੈਲੀਜੈਂਟ ਡੀਜੀਪੀ ਲੱਭ ਕੇ ਲੱਗ ਜਾਂਦਾ ਕੋਈ, ਠੀਕ ਹੈ, ਤੇ ਉਹਦੇ ਨੂੰ ਜੇ ਜਾਣਕਾਰ ਚਲਾਉਣ ਵਾਲਾ ਜਿਹੜਾ ਹੈਗਾ ਪੋਲੀਟੀਕਲ ਬੌਸ ਹੈ, ਉਹ ਨਹੀਂ ਮੰਨਦਾ ਉਸ ਗੱਲ ਨੂੰ, ਕੀ ਕਰੋਗੇ ਤੁਸੀਂ ਸਾਰਾ ਜਿਹੜਾ ਆਪਣੇ। ਮੈਂ ਤੁਹਾਨੂੰ ਕਹਾਂ ਸੁਖਵਿੰਦਰ ਜੀ, ਮੇਰੀ ਗੱਲ ਸੁਣੋ, ਸਾਡੀ ਸਟੇਟ ਨੂੰ ਧਰਨ ਪਈ ਹੋਈ ਹੈ, ਤੁਸੀਂ ਸਮਝਦੇ ਹੋ ਨਾ, ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਹੀ ਨਹੀਂ ਪਤਾ ਸੀ ਧਰਨ ਕੀ ਹੁੰਦੀ ਹੈ। ਧਰਨ ਜਦੋਂ ਪੈਂਦੀ ਸੀ ਤਾਂ ਸਾਰੇ ਸਿਸਟਮ ਹਿੱਲ ਜਾਂਦਾ ਸੀ, ਤੁਹਾਡੀ ਧੁਨੀ, ਉਹ ਸਾਡੀ ਸਟੇਟ ਦੀ ਧੁਨੀ ਹਿੱਲੀ ਹੋਈ ਹੈ। ਇਹ ਧਰਨ ਠੀਕ ਕਰਨ ਵਾਸਤੇ ਜਿਹੜੇ ਕੋਈ ਇਲਾਜ ਹੈਗੇ ਆ, ਉਹ ਕਰਨੇ ਜ਼ਰੂਰੀ ਹੈ। ਜੀ ਹਾਂ, ਤੁਸੀਂ ਕਹਿ ਰਹੇ ਹੋ ਕੁਛ। ਮੇਰਾ ਆਖਰੀ ਸਵਾਲ ਇਹ ਆ ਕਿ ਜੇਲ੍ਹ ਮੰਤਰੀ ਵੱਲੋਂ ਜਦੋਂ ਦੇ ਬਣੇ ਨੇ ਹਰਜੋਤ ਬੈਂਸ, ਪੂਰੀਆਂ ਕੋਸ਼ਿਸ਼ਾਂ ਕਿ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਨੂੰ ਐਕਟਿਵ ਨਹੀਂ ਹੋਣ ਦੇਣਾ, ਮੋਬਾਈਲ ਵੀ ਫੜ ਲੈਂਦੇ ਨੇ ਉਹਨਾਂ ਦੇ, ਬੈਰਕਾਂ ਵੀ ਰੋਜ਼ ਰੋਜ਼ ਕਹਿੰਦੇ 24-24 ਘੰਟਿਆਂ ਬਾਅਦ ਛਾਪੇ ਵੱਜਦੇ ਨੇ, ਇਹਦੇ ਬਾਵਜੂਦ ਵੀ ਗੈਂਗਸਟਰ ਸਾਰਜ ਮਿੰਟੂ ਜੇਲ੍ਹ ਦੇ ਵਿੱਚੋਂ ਇੰਸਟਾਗ੍ਰਾਮ ਤੇ ਫੋਟੋ ਅਪਲੋਡ ਕਰ ਦਿੰਦਾ, ਉਹ ਕਹਿੰਦੇ ਕਿ ਵਿਦੇਸ਼ੀ ਨੰਬਰ ਤੋਂ ਹੈ। ਵੈਸੇ ਮੇਰੇ ਧਿਆਨ ਚ ਆਉਂਦਾ ਕਿ ਜਿਹੜੇ ਗੈਂਗਸਟਰ ਨੇ ਉਹ ਬਹੁਤ ਗਿਣਤੀ ਦੇ ਵਿੱਚ ਜਿਹੜੇ ਅੰਦਰ ਬੈਠੇ ਨੇ, ਉਹ ਵਿਦੇਸ਼ੀ ਨੰਬਰਾਂ ਦੇ ਥਰੂ ਹੀ ਲੋਕਾਂ ਨੂੰ ਧਮਕੀਆਂ ਦਿੰਦੇ ਨੇ, ਮਤਲਬ ਉਹ ਸਿਮ ਉਹਨਾਂ ਨੂੰ ਅਵੇਲੇਬਲ ਨੇ ਇੱਥੇ ਜੇਲ੍ਹਾਂ ਦੇ ਵਿੱਚ ਬੈਠੇ ਆ, ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੇਲ ਜ਼ਰੀਏ ਧਮਕੀ ਜਾਂਦੀ ਆ। ਫਿਰ ਸਵਾਲ ਉੱਥੇ ਹੀ ਉੱਠਦਾ ਹੈ ਕਿ ਜੇ ਇਹ ਅੰਦਰ ਬੈਠੇ ਕੰਟਰੋਲ ਵਿੱਚ ਨਹੀਂ ਤਾਂ ਫਿਰ ਲੋਕਾਂ ਦਾ ਰੱਬ ਰਾਖਾ ਪੰਜਾਬ ਦਾ। ਹਾਂ, ਤੁਸੀਂ ਪੁੱਛ ਲਿਆ ਜੀ, ਮੈਂ ਪ੍ਰਾਪਤੀਆਂ ਦੱਸ ਦਿੰਦਾ ਤੁਹਾਨੂੰ ਜੇਲ੍ਹ ਮੰਤਰੀ ਦੀਆਂ ਵੀ, ਠੀਕ ਹੈ। ਇਹਨੇ ਪਿੱਛੇ 1.5 ਮਹੀਨੇ ਪਹਿਲਾਂ ਬੜਾ ਗੱਜ ਵੱਜ ਕੇ ਕਿਹਾ ਸੀ ਜੀ ਮੈਨੂੰ ਲੱਗ ਗਿਆ ਪਤਾ ਇੱਥੇ ਰੰਧਾਵੇ ਦਾ, ਇੱਥੇ ਕੀ ਕਰਦਾ ਰਿਹਾ ਪੁਰਾਣਾ ਜੇਲ੍ਹ ਮੰਤਰੀ, ਇੱਥੇ ਮੁਖਤਾਰ ਜਿਹੜਾ ਅੰਸਾਰੀ ਉਹ ਰੱਖਿਆ ਗਿਆ ਸੀ, ਇੱਥੇ ਰੈਸਟ ਹਾਊਸ ਬਣਾਇਆ ਗਿਆ ਸੀ, ਇੱਥੇ ਮਤਲਬ ਦਰਬਾਰ ਲੱਗਦੇ ਰਹੇ ਹੈ, ਇਹਨਾਂ ਦੇ ਬਿਆਨ ਹੈ ਜਿਹੜੇ ਮੈਂ ਕਹਿ ਰਿਹਾ। ਤੇ ਅੱਜ ਕੱਲ੍ਹ ਕੀ ਗੱਲ ਹੋ ਗਿਆ, ਚੁੱਪ ਕਿਉਂ ਹੋ ਗਈ? ਹੁਣ ਆਹ ਬੈਂਸ ਭਰਾ 2-3 ਜਿਹੜੇ ਜੇਲ੍ਹ 'ਚ ਦਿੱਤੇ ਹੋਏ ਆ ਰੇਪ ਕੇਸ ਦੇ ਵਿੱਚ, ਇਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਕੇ ਬਰਨਾਲੇ ਭੇਜਿਆ ਹੋਇਆ, ਕੁਛ ਲੋਕਾਂ ਦੀਆਂ 7-5 ਜਣਿਆਂ ਦੀਆਂ ਜਮਾਨਤਾਂ ਝੂਠੀਆਂ ਕਰਵਾ ਕੇ ਉਹਨਾਂ ਦੀ ਸੇਵਾ ਲੱਤਾਂ ਘੁੱਟਣ ਵਾਸਤੇ ਜਿਹੜਾ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ। ਔਰ ਛੱਡੋ ਹੋਰ, ਬਾਕੀ ਉਹ ਰਾਜਨੀਤੀ ਕਰੀ ਜਾਂਦੇ ਆ, ਉਹ ਪੰਜਾਬ ਦੇ ਪਾਣੀਆਂ ਦੀ ਲੜਾਈ ਲੜ ਰਹੇ ਅੰਦਰ ਬੈਠੇ, ਇਹ ਹਾਲ ਹੈ ਤੁਹਾਡੇ ਜੇਲ੍ਹ ਮੰਤਰੀ ਦਾ। ਇਹਦੇ ਵਿੱਚ ਜਿਹੜਾ ਇੱਕ ਅਫਸਰ ਫਿਰ ਵਧੀਆ ਲੱਗਿਆ ਸੀ ਹਰਪ੍ਰੀਤ ਸਿੱਧੂ, ਉਹਨੇ ਕੋਸ਼ਿਸ਼ ਕੀਤੀ ਸੀ ਕੁਛ ਹੋਰ ਪਿਛਲੇ ਮਹੀਨੇ ਤੋਂ ਮਹੀਨਿਆਂ ਵਿੱਚ, ਤੇ ਫਿਰ ਇਹਨਾਂ ਦੇ ਜਿਹੜੇ ਇੱਕ ਸਪੀਕਰ ਸਾਹਿਬ ਜਿਹੜੇ ਕਲਤਾਰ ਸਿੰਘ ਸੰਧਵ ਹੈ, ਉਹਨਾਂ ਦੀ ਜਿਹੜੇ ਇੰਟਰਸਟ ਹੈ ਉਹ ਮੈਚ ਨਹੀਂ ਕਰਦੇ ਉਹਦੇ ਨਾਲ, ਇੱਕ ਇਹਦੇ ਜਿਹੜਾ ਥੋੜਾ ਮੰਤਰੀ ਸਾਹਿਬ ਹਰਜੋਤ ਬੈਂਸ ਦੇ ਨਹੀਂ ਕਰਦੇ, ਉਹ ਸਾਰਾ ਸਿਸਟਮ ਫਿਰ ਧਰਨ ਫਿਰ ਪੈ ਗਈ ਜੇਲ੍ਹ ਡਿਪਾਰਟਮੈਂਟ ਨੂੰ। ਪ੍ਰੋਬਲਮ ਉਹੀ ਆਉਂਦੀ ਹੈ ਕਿ ਜਿਹੜਾ ਮਤਲਬ ਕੋਈ ਕਰਨ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਹਰਪ੍ਰੀਤ ਸਿੱਧੂ ਨੂੰ ਹਰ ਵਾਰ ਵਰਤਿਆ ਗਿਆ, ਹਰ ਵਾਰ ਉਹਨੂੰ ਮਤਲਬ ਕਿਉਂਕਿ ਅੱਛੇ ਕੈਲੀਬਰ ਦਾ ਅਫਸਰ ਹੈ, ਮੈਨੂੰ ਉਹਦੇ ਬਾਰੇ ਮੈਂ ਹਰ ਵਾਰ ਕਹਿੰਦਾ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਮੈਂ ਉਹਦੇ ਗੁਣੀ ਹੋਣ ਲੱਗ ਪਿਆ ਕਿਤੇ, ਹਰ ਬੰਦੇ 'ਚ ਨੁਕਸ ਵੀ ਹੁੰਦੇ, ਹਰ ਬੰਦਾ ਆਪਣਾ ਕੋਈ ਉਹਦੇ 'ਚ ਖਾਸੀਅਤਾਂ ਵੀ ਹੁੰਦੀਆਂ, ਪਰ
ਇਹਨਾਂ ਦੀਆਂ ਹੀ ਮਤਲਬ ਨਿਗਰਾਨੀ ਚਿੱਟਾ ਚਿੱਟੇ ਦਾ ਧੰਦਾ ਕਿਹਨੇ ਕਰਨਾ ਜੀ, ਕਿੱਥੋਂ ਵਿਕਣਾ ਚਿੱਟਾ? ਤੁਹਾਨੂੰ ਹੋਰ ਮੈਂ ਤਾਜ਼ੀ ਗੱਲ ਦੱਸ ਦਿਆਂ ਕਿ ਜਿਹੜਾ ਸੰਦੀਪ ਸੰਧੂ ਇੱਥੇ ਮੁੱਲਾਂਪੁਰ ਦਾਖੇ ਦੇ ਵਿੱਚ ਕਮਾਂਡਰ ਬਣਿਆ ਹੋਇਆ ਸੀ, ਇਸ ਏਰੀਏ ਦਾ, ਵੈਸੇ ਤਾਂ ਸਾਰੇ ਪੰਜਾਬ ਦਾ ਹੀ ਸੀਗਾ, ਤਾਂ ਇਹਨੇ ਜਿਹੜੇ ਉਹ ਜੈਪਾਲ ਹੋਰਾਂ ਦਾ ਇਨਕਾਊਂਟਰ ਹੋਇਆ ਸੀਗਾ ਉੱਥੇ ਜਾ ਕੇ ਕਲਕੱਤੇ, ਉਹ ਮੁੰਡੇ ਨੇ ਆਪ ਲਿਆ ਕੇ ਇਨਵਾਈਟ ਕਰਕੇ ਚਿੱਟੇ ਦੇ ਧੰਦੇ ਵਿੱਚ ਲਾਏ ਹੋਏ ਸੀਗੇ, ਇਹ ਸਾਰੀ ਰਿਪੋਰਟ ਆਈ ਹੋਈ ਹੈ ਉਹਦੇ ਵਿੱਚ, ਕਿਉਂਕਿ ਉਹ ਥੋੜੇ ਹਾਰਡਕੋਰ ਸੀ ਉਹਨਾਂ ਨੇ, ਉਹ ਜਦੋਂ ਕੋਈ ਇਨਕਾਊਂਟਰ ਇਸ ਤਰ੍ਹਾਂ ਦਾ ਕੋਈ ਹੋਇਆ, ਉਹ ਦੋ ਸਾਡੇ ਥਾਣੇਦਾਰ ਮਰ ਗਏ, ਫਿਰ ਸਾਰੇ ਸਨੇਰੋ ਚੇਂਜ ਕਰਨੇ ਪਏ ਇਹਨਾਂ ਨੂੰ, ਫਿਰ ਉਹਨਾਂ ਨੂੰ ਇਨਕਾਊਂਟਰ ਕੀਤਾ ਜਾ ਕੇ ਉੱਥੇ ਕਲਕੱਤੇ। ਤੋ ਇਹ ਜਿਹੜਾ ਨੈਕਸਸ ਤਾਂ ਇਹਨਾਂ ਦਾ ਉਹ ਯਾਰ ਦਿਖਾਈ ਕੌਣ ਦਿੰਦਾ? ਗੈਂਗਸਟਰ, ਗੈਂਗਸਟਰ ਵਿਚਾਰੇ ਕਿੱਥੋਂ ਆਏ ਹੈ? ਉਹ ਤਾਂ ਸਾਡੇ ਬੱਚੇ ਇਹਨਾਂ ਨੇ ਬਣਾ ਕੇ, ਅੱਜ ਅਸੀਂ ਨਫ਼ਰਤ ਕਰਦੇ ਹਾਂ ਇਹਨਾਂ ਨੂੰ, ਅੱਜ ਲਾਰੈਂਸ ਮਿਸ਼ਨ ਹੋਈ, ਗੋਲਡੀ ਬਰਾਡ, ਇਹਨਾਂ ਨੂੰ ਟਾਰਗੇਟ ਕਰਕੇ ਵੱਡਿਆਂ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਦੇ ਸ਼ਿਕਾਰ ਕਰਨੇ ਆਉਣੇ ਸਮੇਂ ਚ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਇਸ ਸਿਸਟਮ ਦਾ ਜੋ ਵਿਖਾਇਆ ਗਿਆ ਲੈਣਾ ਦੇਣਾ ਵੀ ਨੀ ਹੈਗਾ। ਆ ਕਬੱਡੀ ਦੇ ਵਿੱਚ ਨੰਗਲ ਅੰਬੀਆਂ ਦੇ ਮਰਡਰ ਵਿੱਚ ਜਿਹੜੀਆਂ ਤਫਤੀਸ਼ਾਂ ਚੱਲ ਰਹੀਆਂ, ਇਹਦੇ ਪਿੱਛੇ ਜਿਹੜੀਆਂ ਗੇਮਾਂ, ਭਾਈ ਸਾਹਿਬ ਇਹ ਮੈਨੂੰ ਹੁਣ ਤਾਂ ਤੁਸੀਂ ਮੂੰਹ ਨਾ ਹੀ ਖਿਲਾਓ ਕਿਤੇ, ਫਿਰ ਕਰ ਲਾਂਗੇ ਇਸ ਵਿਸ਼ੇ ਤੇ ਗੱਲ। ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈਗਾ ਇਹਦੇ ਪਿੱਛੇ ਪੋਲੀਟੀਸ਼ੀਅਨ ਬੈਠਾ ਤੇ ਪੋਲੀਟੀਸ਼ੀਅਨ ਤੇ ਬਿਊਰੋਕਰੇਟ ਬੈਠਾ। ਇਹ ਸਭ ਕੁਛ ਜਿਹੜਾ ਜਿੰਨਾ ਚਿਰ ਇਹਨੂੰ ਠੀਕ ਕਰਨ ਵਾਸਤੇ ਬਹੁਤ ਵੱਡੇ ਔਰ ਮਤਲਬ ਸਹਿਰਦ ਜਿਹੜਾ ਪੋਲੀਟੀਕਲ ਜਿਹੜਾ ਬੰਦਾ ਹੈਗਾ ਉਹਦੀ ਲੋੜ ਹੈਗੀ ਹੈ। ਇੱਕ ਵਧੀਆ ਇੱਕ ਪੰਜਾਬ ਦੇ ਲੋਕਾਂ ਵੱਲੋਂ ਜੇ ਕਿਤੇ ਇਹ ਮੌਕਾ ਮਿਲਿਆ ਚੰਗੇ ਲੋਕਾਂ ਨੂੰ ਚੁਣਨ ਦਾ, ਪਰ ਮੈਂ ਤਾਂ ਫਿਰ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਚੰਗੇ ਹੋ ਜਾਓ। ਇਹਦੇ 'ਚ ਕੀ ਹੈਗਾ, ਪੈਸਿਆਂ ਦੀ ਲੋਟੀ ਬੰਦ ਕਰਨੀ ਹੈ, ਲਾਲਚੀ ਤਿਆਗਣੇ ਹੈ, ਨਿੱਜੀ ਤਿਆਗਣਾ, ਕਮਰ ਵਿਜੇ ਪ੍ਰਤਾਪ ਉਰੇ ਖੁੱਡੇ ਲੈਣ ਲਾਏ ਹੈ ਤੇ ਚੱਕ ਕੇ ਅਨਮੋਲ ਗਗਨ ਮਾਨ ਤੇ ਤੁਹਾਡਾ ਕੋਈ ਇੱਕ ਇੰਸਪੈਕਟਰ ਸਾਡਾ ਰਿਟਾਇਰ ਹੈਗਾ ਉਹਨੂੰ ਇਹਨਾਂ ਨੇ ਮੰਤਰੀ ਲਾਇਆ ਹੋਇਆ, ਆਹ ਤਾਂ ਕੈਲੀਬਰ ਇਹਨਾਂ ਨੇ ਚੁਣਿਆ ਹੋਇਆ। ਦੇਖੋ ਤੁਸੀਂ ਫਿਰ ਤੁਸੀਂ ਡਿਲੀਵਰੀ ਕਿੱਥੋਂ ਦਿਓਗੇ ਕਿਸੇ ਚੀਜ਼? ਸੋ ਸਰਕਾਰ ਨੂੰ ਆਪਣੇ ਤੇ ਬਹੁਤ ਝਾਤੀ ਮਾਰਨ ਦੀ ਲੋੜ ਹੈ, ਕੀਤਾ ਜਾ ਸਕਦਾ, ਇਹੀ ਕਰ ਸਕਦੇ ਹੈ। ਦੁਆ ਕਰਦੇ ਹਾਂ, ਕਾਮਨਾ ਕਰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਸਮਤ ਬਖਸ਼ੇ ਤੇ ਕੀ ਪਤਾ ਕੋਈ ਆਉਣ ਵਾਲਾ ਸਮਾਂ ਕਿਤੇ ਇਹੀ ਠੀਕ ਕਰ ਦੇਣ, ਨਹੀਂ ਤਾਂ 4.5 ਸਾਲ ਤਾਂ ਫਿਰ ਇਹ ਧੰਦ ਪਿੱਟਣਾ ਹੀ ਪੈਣਾ ਸਾਨੂੰ ਪੰਜਾਬੀਆਂ ਨੂੰ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਿਆਸਤਦਾਨਾਂ ਤੇ ਅਫਸਰਸ਼ਾਹੀ ਦਾ ਜਿਹੜਾ ਨੈਕਸਸ ਹੈ ਉਹਨੂੰ ਤੋੜਨ ਦੀ ਲੋੜ ਹੈ, ਤੇ ਉਹਦੇ ਲਈ ਪੰਜਾਬ ਅੱਜ ਵੀ ਬਦਲਾਅ ਦੀ ਉਡੀਕ ਕਰ ਰਿਹਾ। ਜੇ ਇਹਨਾਂ ਦੇ ਜ਼ਰੀਏ ਨਹੀਂ ਤਾਂ ਅਗਲੀ ਸਰਕਾਰ ਜਾਂ ਅਗਲੇ ਜਿਹੜੇ ਰਾਜਨੀਤਿਕ ਲੋਕ ਆਉਣਗੇ ਜਿਹੜੇ ਚੰਗੇ ਹੋਣਗੇ ਜਿਹਨਾਂ ਨੂੰ ਲੋਕ ਚੁਣਨਗੇ ਉਹ ਲਿਆ ਸਕਦੇ ਨੇ। ਮਤਲਬ ਪੰਜਾਬ ਦੇ ਲਈ ਅੱਜ ਵੀ ਜਿਹੜੀ ਪੰਜਾਬ ਦੇ ਵਿੱਚ ਉਹ ਜ਼ਮੀਨ ਖਾਲੀ ਹੈ ਸਿਆਸੀ ਤੌਰ ਦੇ ਉੱਤੇ। ਇਹਦੇ ਵਿੱਚ ਮੀਡੀਆ ਨੂੰ ਤੇ ਜੁਡੀਸ਼ੀਅਰੀ ਨੂੰ ਵੀ ਐਡ ਕਰ ਲਓ ਜੀ, ਦੋਵਾਂ ਦਾ ਕੰਮ ਨਹੀਂ, ਚਾਰਾਂ ਦਾ ਨੈਕਸਸ ਹੈ ਇਹ, ਉਹਨਾਂ ਨੂੰ ਵੀ ਐਡ ਕਰੋ, ਉਹਨਾਂ ਨੂੰ ਵੀ ਸੁਧਾਰਨ ਦੀ ਲੋੜ ਹੈ। ਮੀਡੀਆ ਵੀ ਬਹੁਤ ਕੁਝ ਗਲਤ ਪਰੋਸ ਰਿਹਾ ਤੇ ਜੁਡੀਸ਼ੀਅਰੀ ਵੀ ਆਪਣਾ ਰੋਲ ਜਿਹੜਾ ਹੈ ਬਿਲਕੁਲ ਸਹੀ ਅਦਾ ਨਹੀਂ ਕਰ ਰਹੀ। ਇਹ ਚਾਰਾਂ ਦਾ ਨੈਕਸਸ ਹੈ, ਇਹਨੂੰ ਤੋੜਨ ਦੀ ਤੇ ਦੁਬਾਰਾ ਇਹਦੇ ਤੇ ਨਿਗਾਹ ਕਰਨ ਦੀ ਲੋੜ ਹੈ। ਬਿਲਕੁਲ ਜੀ, ਸ਼ੁਕਰੀਆ ਸੇਖੋਂ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ।